स्वागत जी ਤੁਹਾਡਾ ਫੇਰ ਪ੍ਰੋਗਰਾਮ ਓਪਨ ਪਲੇਟਫਾਰਮ ਟਿਊਜ਼ਡੇ ਵੈਂਸਡੇ ਥਰਸਡੇ ਸ਼ਾਮ ਨੂੰ 9 ਵਜੇ ਪੈਸੀਫਿਕ ਟਾਈਮ ਮੈਂ ਇੱਥੋਂ ਕੈਲੀਫੋਰਨੀਆ ਸਟੂਡੀਓ ਤੋਂ ਸਾਡੇ ਜਸ ਪੰਜਾਬੀ ਚੈਨਲ ਤੋਂ ਗੁਰਲਾਲ ਤੁਹਾਡੇ ਪਖਦੇ ਮੁੱਦਿਆਂ ਤੇ ਲੈ ਕੇ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਨਾ ਦਰਸ਼ਕੋ ਮੈਂ ਫੇਰ ਉੱਧਰ ਹੀ ਜਾਣਾ ਆ ਅੱਜ ਫੇਰ ਗੱਲ ਕਰਦੇ ਆ ਕਿ ਜਿਹੜੀਆਂ ਮਹਾਪੰਚਾਇਤਾਂ ਹੁੰਦੀਆਂ ਨੇ ਕਿ ਇਹ ਫੈਸਲਾ ਕੁਨ ਹੋਣਗੀਆਂ ਕਿਸੇ ਐਡਾ ਵੱਡੇ ਇਕੱਠ ਆ ਜਿਹੜੇ ਕਿ ਗਵਰਨਮੈਂਟ ਨੂੰ ਇਹ ਮਜਬੂਰ ਜਾਂ ਕਿਤੇ ਗੱਲਬਾਤ ਕਰਨ ਲਈ ਰਾਜ਼ੀ ਹੋ ਸਕਣਗੀਆਂ ਕਿ ਨਹੀਂ ਹੋ ਸਕਣਗੀਆਂ ਤੁਸੀਂ ਜ਼ਰੂਰ ਆਪਦਾ ਵਿਚਾਰ ਦੱਸਿਓ ਦਰਸ਼ਕੋ ਜਿਹੜਾ ਮੈਂ ਅੱਜ ਕੁਰੂਕਸ਼ੇਤਰ ਜ਼ਿਲ੍ਹੇ ਦੇ ਗੁੰਮਥਲਾਗੜ੍ਹ ਦੇ ਵਿੱਚ ਜਿਹੜੀ ਮਹਾਪੰਚਾਇਤ ਹੋਈ ਉਹਦੇ ਵਿੱਚ ਸਾਡੀ ਪੰਜਾਬੀ ਸਿੰਗਰ ਰੁਪਿੰਦਰ ਹਾਂਡਾ ਵੀ ਨੇ ਹਾਜ਼ਰੀ ਲਵਾਈ ਅਤੇ ਉਹਨੂੰ ਹਰਿਆਣਾ ਗੌਰਵ ਸਨਮਾਨ ਦਿੱਤਾ ਗਿਆ ਸੀ ਕੁਛ ਟਾਈਮ ਪਹਿਲਾਂ ਉਹਨੇ ਉਹ ਅੱਜ ਵਾਪਸ ਕਰਨ ਦੀ ਜਿਹੜੀ ਆ ਅਨਾਊਂਸਮੈਂਟ ਕੀਤੀ ਆ ਉਹ ਕਹਿੰਦੀ ਕਿ ਮੈਂ ਇੱਕ ਕਿਸਾਨ ਦੀ ਧੀ ਹਾਂ ਅਤੇ ਮੈਂ ਕਿਸਾਨ ਦੀ ਧੀ ਹੋਣ ਨਾਤੇ ਜਦੋਂ ਕਿਸਾਨ ਮੇਰਾ ਰੁਲ ਰਿਹਾ ਹੈ ਉਦੋਂ ਮੈਂ ਆਹ ਸਨਮਾਨ ਲੈ ਕੇ ਆਪਦੇ ਆਪ ਨੂੰ ਥੋੜ੍ਹਾ ਜਿਹਾ ਅਜੀਬ ਮਹਿਸੂਸ ਕਰ ਰਹੀ ਹਾਂ ਤਾਂ ਉਹਨੇ ਅੱਜ ਉਹ ਹਰਿਆਣਾ ਗੌਰਮੈਂਟ ਨੂੰ ਆਪਦਾ ਅਵਾਰਡ ਵਾਪਸ ਦੇਣ ਲਈ ਅਨਾਊਂਸਮੈਂਟ ਕੀਤੀ ਦਰਸ਼ਕੋ ਅੱਗੇ ਮੈਂ ਗੱਲ ਦੱਸਾਂ ਕਿ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਆਪਦੀ ਸਪੀਚ ਦੇ ਵਿੱਚ ਇੱਕ ਨਵਾਂ ਸ਼ਬਦ ਉਪਯੋਗ ਕੀਤਾ ਗਿਆ ਜਿੱਥੇ ਬੜੀ ਟਿੱਕਾ ਟਿੱਪਣੀ ਹੋ ਰਹੀ ਹੈ ਉਹਨਾਂ ਨੇ ਕਿਹਾ ਕਿ ਅੱਜ ਕੱਲ੍ਹ ਸਾਡੇ ਦੇਸ਼ ਦੇ ਵਿੱਚ ਇੱਕ ਨਵੀਂ ਅੱਜ ਕੱਲ੍ਹ ਸਾਡੇ ਦੇਸ਼ ਦੇ ਵਿੱਚ ਇੱਕ ਨਵੀਂ ਜਮਾਤ ਪੈਦਾ ਹੋ ਗਈ ਹੈ ਉਹ ਹੈ ਅੰਦੋਲਨ ਜੀਵੀ ਉਹ ਕਹਿੰਦੇ ਕਿ ਵਕੀਲਾਂ ਦਾ ਧਰਨਾ ਹੋਵੇ ਅੰਦੋਲਨ ਸਟੂਡੈਂਟਸ ਦਾ ਹੋਵੇ ਮਜ਼ਦੂਰ ਦਾ ਹੋਵੇ ਵਪਾਰੀਆਂ ਦਾ ਹੋਵੇ ਕਿਸੇ ਵੀ ਥਾਂ ਹੋਵੇ ਉਹ ਬੰਦੇ ਉੱਥੇ ਆਗੂ ਰਹਿੰਦੇ ਨੇ ਸ਼ਾਇਦ ਉਹ ਪੇਡ ਹੁੰਦੇ ਆ ਜਾਂ ਕਿੱਦਾਂ ਇਹ ਨਹੀਂ ਗੱਲ ਉਹਨਾਂ ਨੇ ਕਹੀ ਪਰ ਉਹਨਾਂ ਦਾ ਕਹਿਣ ਦਾ ਮਤਲਬ ਸੀ ਕਿ ਅੰਦੋਲਨ ਜੀਵੀ ਦਰਸ਼ਕੋ ਜੇ ਹੋਵੇ ਕੋਈ 500 ਬੰਦੇ ਦਾ ਇਕੱਠ ਜੇ ਹੋਵੇ ਬੰਦੇ ਦਾ 700 ਦਾ ਅਤੇ 10 ਤੋਂ 15 ਦਿਨਾਂ ਦਾ ਅੰਦੋਲਨ ਹੋਵੇ ਛੋਟੀਆਂ ਮੰਗਾਂ ਹੋਣ ਅਤੇ ਉਹ ਬੰਦੇ ਵਾਰ ਵਾਰ ਆਉਣ ਤਾਂ ਆਪਾਂ ਕਹਿ ਸਕਦੇ ਹਾਂ ਯੈਸ ਅੰਦੋਲਨ ਜੀਵੀ ਪਰ ਜਦੋਂ ਤੁਹਾਡੀ ਦਿੱਲੀ ਦੇ ਘੇਰੇ ਘੇਰੇ 5-7 ਲੱਖ ਬੰਦਾ ਬੈਠਾ ਹੋਵੇ ਅੰਦੋਲਨ ਦਿੱਲੀ ਦੇ ਘੇਰੇ ਘੇਰੇ ਵੀ 76ਵੇਂ ਦਿਨ ਚਲਾ ਗਿਆ ਹੋਵੇ ਤਾਂ ਫਿਰ ਅੰਦੋਲਨ ਜੀਵੀ ਮੈਨੂੰ ਨਹੀਂ ਪਤਾ ਕਿਹੜੀ ਗ੍ਰਾਮਰ 'ਚੋਂ ਇਹ ਆਇਆ ਹੈ ਕਿਉਂਕਿ ਜੀਵ ਹੁੰਦਾ ਆ ਜਿਹੜਾ ਕਿ ਆਪਦੀ ਸਰਵਾਈਵ ਕਰਨ ਵਾਸਤੇ ਕਿਸੇ ਹੋਰ ਤੋਂ ਸਹਾਇਤਾ ਲੈਂਦਾ ਆ ਆਪਦੇ ਆਪ ਨੂੰ ਜ਼ਿੰਦਾ ਰੱਖਣ ਲਈ ਦਰਸ਼ਕ ਅੰਦੋਲਨ ਜੀਵੀ ਤਾਂ ਸ਼ੁਰੂ ਤੋਂ ਉਹ ਆਪ ਹੀ ਨਹੀਂ ਨਾ ਕਿ ਲੋਕਲ ਲੋਕਾਂ ਨੂੰ ਵੀ ਲੰਗਰ ਛਕਾ ਰਹੇ ਨੇ ਉੱਥੋਂ ਦੇ ਬੈਠੇ ਨੇ ਉਹ ਆਪਦੇ ਆਪ ਦੀ ਸਟੈਂਡ 'ਤੇ ਖੜ੍ਹੇ ਨੇ ਦਰਸ਼ਕੋ ਅੱਜ ਮੈਂ ਦੱਸਦਾ ਕਿ ਇਹ ਟਿੱਕਾ ਟਿੱਪਣੀ ਆਪਣੀ ਕਰਨੀ ਬਣਦੀ ਹੈ ਪਰ ਇੱਕ ਇੱਜ਼ਤ ਦੇ ਦਾਇਰੇ ਦੇ ਵਿੱਚ ਰੱਖ ਕੇ ਕਿਉਂਕਿ ਆਪਾਂ ਗੱਲ ਦੇਸ਼ ਦੇ ਪ੍ਰਧਾਨ ਮੰਤਰੀ ਬਾਰੇ ਕਰ ਰਹੇ ਹਾਂ ਅਗੇਨ ਮੇਰਾ ਕੁਐਸਚਨ ਦਰਸ਼ਕੋ ਫਿਰ ਤੁਹਾਡੇ ਲਈ ਇਹ ਆ ਕਿ ਜੇ ਆਪਾਂ ਅੰਦੋਲਨ ਜੀ ਵੀ ਕਹਿ ਵੀ ਦਈਏ ਪਰ ਕਿਹਦਾ ਜੀ ਕਰਦਾ ਜਿੱਦਾਂ ਕਿ ਭਾਰਤੀ ਜਨਤਾ ਪਾਰਟੀ ਦੇ ਇੱਕ ਨੇਤਾ ਨੇ ਅਮੀਨਾ ਖੋਇਆ ਉਹਨੇ ਪੰਜਾਬ ਦਾ ਨੇਤਾ ਸੀ ਉਹਨੇ ਕਿਹਾ ਕਿ ਉਹ ਤਾਂ ਉੱਥੇ ਪਿਕਨਿਕ ਮਨਾ ਰਹੇ ਨੇ ਦੂਜੇ ਕਿ ਤੀਜੇ ਦਿਨ ਉੱਥੇ ਜਦੋਂ ਬਾਰਿਸ਼ ਹੋਈ ਔਰ ਸਾਡੇ ਮਾਣਯੋਗ MD ਜਿਹੜੇ ਕਿ ਸਾਡੇ ਇਸ਼ਮਿਤਾ ਜੀ ਉੱਥੇ ਪਹੁੰਚੇ ਉਹਨਾਂ ਨੇ ਕਲੀਅਰ ਤਸਵੀਰਾਂ ਜਸ TV ਦੇ ਉੱਤੇ ਅੱਜ ਦਾ ਮੁੱਦਾ ਪ੍ਰੋਗਰਾਮ ਦਿਖਾਈਆਂ ਕਿ ਕਿਵੇਂ ਇੰਨੀ ਗਾਰਾ ਥੱਲੇ ਬਣਿਆ ਹੋਇਆ ਹੈ ਅਤੇ ਸਾਡੇ ਬਜ਼ੁਰਗ ਮਾਤਾਵਾਂ ਭੈਣਾਂ ਜਾਂ ਸਾਡੇ ਬਜ਼ੁਰਗ ਭਰਾ ਹੋਰ ਸਾਰੇ ਜਿਹੜੇ ਕਿਵੇਂ ਉੱਥੇ ਸੌਂਦੇ ਹੋਣਗੇ ਟਰਾਲੀਆਂ ਥੱਲੇ ਉੱਥੇ ਖੜ੍ਹੇ ਹੋ ਪਾਉਣਾ ਵੀ ਬਹੁਤ ਔਖਾ ਸੀਗਾ ਆਂਸਰ ਸ਼ਾਇਦ ਉਹ ਨੇਤਾ ਨੂੰ ਉਦੋਂ ਮਿਲ ਗਿਆ ਹੋਵੇ ਨਹੀਂ ਮਿਲਿਆ ਤਾਂ ਉਹ ਇਸਦੇ ਉੱਪਰ ਹੁਣ ਹੋਰ ਨਹੀਂ ਕੋਈ ਇੱਦਾਂ ਦੀ ਪਿਕਨਿਕ ਰੱਬ ਕਿਸੇ ਤੋਂ ਨਾ ਮਨਵਾਵੇ ਤਾਂ ਮੈਂ ਗੋਇੰਗ ਬੈਕ ਟੂ ਅੰਦੋਲਨ ਜੀਵੀ ਅਵਾਰਡ 'ਤੇ ਕਿ ਕੋਈ ਸ਼ੌਂਕ ਨੂੰ ਆਪਦੇ ਘਰੋਂ ਨਹੀਂ ਨਿਕਲਦਾ ਦਰਸ਼ਕੋ ਹੁਣੇ ਥੋੜ੍ਹਾ ਚਿਰ ਪਹਿਲਾਂ 2 ਮੌਤਾਂ ਇਕੱਠੀਆਂ ਹੋਈਆਂ ਨੇ ਇੱਕ ਸਿੰਘੂ ਬਾਰਡਰ 'ਤੇ ਅਤੇ ਦੂਜੀ ਟਿੱਕਰੀ ਬਾਰਡਰ 'ਤੇ ਦੇਖ ਨਹੀਂ ਹੁੰਦਾ ਇੱਕ ਤਾਂ ਸਿਰਫ ਭਾਈ ਸਾਹਿਬ ਹਰਿਆਣੇ ਤੋਂ ਵੀ ਕਿਸੇ ਸ਼ਹਿਰ ਤੋਂ ਬਿਲੋਂਗ ਕਰਦੇ ਸੀ ਅਤੇ ਉਮਰ ਸਾਰੀ 'ਤੇ ਸਾਰੀ 58 ਸਾਲ ਸੀ ਦਰਸ਼ਕੋ ਮੈਨੂੰ ਨਹੀਂ ਲੱਗਦਾ ਕਿ ਕੋਈ ਅੰਦੋਲਨ ਜੀਵੀ ਉੱਥੇ ਆਪਦਾ ਅੰਦੋਲਨ ਕਰਦਿਆਂ ਮਰਨ ਆਇਆ ਹੋਊਗਾ ਸ਼ੌਂਕ ਨੂੰ ਨਹੀਂ ਇੰਨਾ ਚਿਰ ਬੈਠ ਹੁੰਦਾ ਗਾ ਪ੍ਰਧਾਨ ਮੰਤਰੀ ਜੀ ਨੂੰ ਤਗੀਦ ਆ ਕਿ ਕੋਈ ਨਾ ਕੋਈ ਹੱਲ ਜ਼ਰੂਰ ਕੱਢਣ ਛੇਤੀ ਤੋਂ ਛੇਤੀ ਅਗੇਨ ਦਰਸ਼ਕੋ ਮੇਰਾ ਜਿਹੜਾ ਕੁਐਸਚਨ ਤੁਹਾਡੇ ਤੋਂ ਕਿ ਜੇ ਮਹਾਂਪੰਚਾਇਤਾਂ ਹੋ ਰਹੀਆਂ ਨੇ ਇੱਕ ਹੋਰ ਗੱਲ ਦੱਸੋ ਰਾਜਸਥਾਨ ਦੇ ਵਿੱਚ ਪੰਚਾਇਤਾਂ ਅਤੇ ਮਹਾਂਪੰਚਾਇਤਾਂ ਤਾਂ ਹੋ ਹੀ ਰਹੀਆਂ ਨੇ ਸਚਿਨ ਪਾਇਲਟ ਵੱਲੋਂ ਕਿਸਾਨ ਮਹਾਂਸੰਮੇਲਨ ਕਰਨੇ ਸ਼ੁਰੂ ਕਰ ਦਿੱਤੇ ਉਹਨਾਂ ਦੇ ਵਿੱਚ ਵੀ ਬੜਾ ਭਰਵਾਂ ਇਕੱਠ ਦੇਖਣ ਨੂੰ ਮਿਲ ਰਿਹਾ ਹੈ ਅੱਗੇ ਜਾ ਕੇ ਕੀ ਹੁੰਦਾ ਇਹ ਤਾਂ ਆਉਣ ਵਾਲਾ ਵਕਤ ਦੱਸੇਗਾ ਦਰਸ਼ਕੋ ਮੇਰਾ ਕੁਐਸਚਨ ਹੈ ਕਿ ਮਹਾਂਪੰਚਾਇਤਾਂ ਕੀ ਫੈਸਲਾ ਕੌਣ ਹੋਣਗੀਆਂ ਕਿ ਸਾਨੂੰ ਕੋਈ ਰਾਹ ਲੱਭੇਗਾ ਜਿਹੜਾ ਕਿ ਡੈਡਲਾਕ ਟੁੱਟ ਸਕੇ ਦਰਸ਼ਕੋ
26 ਜਨਵਰੀ ਵਾਲੇ ਦਿਨ ਜੋ ਕੁਝ ਵੀ ਵਾਪਰਿਆ ਉਹ ਮੰਦਭਾਗਾ ਸੀ। ਉਹਦੇ ਵਿੱਚ ਇੱਕ ਸ਼ਖਸ ਦੀ ਮੌਤ ਵੀ ਹੋਈ। ਉਹਦੇ ਉੱਤੇ ਕੋਈ ਟਿੱਕਾ ਟਿੱਪਣੀ ਕੀਤੀ ਗਈ ਸੀ। ਸ਼ਸ਼ੀ ਥਰੂਰ ਜਿਹੜੇ ਕਿ ਕਾਂਗਰਸ ਦੇ ਬੜੇ ਸੀਨੀਅਰ ਲੀਡਰ ਨੇ ਤੇ ਇੱਕ ਸੀਨੀਅਰ ਜਰਨਲਿਸਟ ਨੇ ਰਾਜਦੀਪ ਸਰਦੇਸਾਈ, ਉਹਨਾਂ ਦੇ ਉੱਤੇ ਕੇਸ ਬਣ ਗਿਆ ਸੀਗਾ ਕਿ ਇਹਨਾਂ ਨੇ ਬਹੁਤ ਹੀ ਗੰਦੀ ਸ਼ਬਦਾਵਲੀ ਯੂਜ਼ ਕੀਤੀ ਆ ਜਾਂ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਕਿਸੇ ਗੱਲ ਨੂੰ, ਅਤੇ ਉਹਨਾਂ ਦੇ ਗ੍ਰਿਫਤਾਰੀ ਦੇ ਆਰਡਰ ਸੀ ਜਿਹੜੇ ਕਿ ਅੱਜ ਮਾਨਯੋਗ ਸੁਪਰੀਮ ਕੋਰਟ ਨੇ ਅਗਲੀ ਸੁਣਵਾਈ ਤੱਕ ਰੱਦ ਕਰ ਦਿੱਤੇ ਨੇ ਉਹਨਾਂ ਦੀ ਗ੍ਰਿਫਤਾਰੀ 'ਤੇ, ਜਿਹੜੇ ਕਿ ਸ਼ਸ਼ੀ ਥਰੂਰ ਜੀ ਅਤੇ ਦੂਸਰੇ ਰਾਜਦੀਪ ਸਰਦੇਸਾਈ, ਉਹਨਾਂ ਦੀ ਗ੍ਰਿਫਤਾਰੀ 'ਤੇ ਜਿਹੜੀ ਇੱਕ ਵਾਰ ਰੋਕ ਲੱਗ ਗਈ ਅਗਲੀ ਸੁਣਵਾਈ ਤੱਕ। ਅੱਗੇ ਵਧਦੇ ਹਾਂ ਦਰਸ਼ਕੋ, ਉੱਤਰਾਖੰਡ ਚਮੋਲੀ ਡਿਸਟ੍ਰਿਕਟ ਤਪੋਵਨ, ਛੋਟਾ ਜਿਹਾ ਪਿੰਡ ਆ ਜਾਂ ਗਾਮ, ਉੱਥੇ ਗਲੇਸ਼ੀਅਰ ਫੁੱਟਦਾ ਅਤੇ ਉੱਥੇ ਜਿਹੜੀਆਂ ਦੋ ਛੋਟੀਆਂ ਨਦੀਆਂ ਨੇ ਇਕੱਠੀਆਂ ਹੁੰਦੀਆਂ ਨੇ, ਇੱਕ ਰਿਸ਼ੀ ਗੰਗਾ ਇੱਕ ਧੌਲ ਗੰਗਾ, ਉਹ ਇਕੱਠੀਆਂ ਹੁੰਦੀਆਂ ਨੇ ਅਤੇ ਉਹਨਾਂ ਦਾ ਜਲਸਤਰ ਇੰਨਾ, ਉਹਨਾਂ ਦਾ ਪਾਣੀ ਦਾ ਜਿਹੜਾ ਸਤਰ ਹੈ ਉਹ ਇੰਨਾ ਵੱਧ ਜਾਂਦਾ ਆ ਕਿ ਮੋਹਰੇ ਇੱਕ ਟਨਲ ਦਾ ਜਿਹੜਾ ਕਿ ਬਹੁਤ ਲੰਮੇ ਸਮੇਂ ਤੋਂ ਕੰਮ ਚੱਲ ਰਿਹਾ, ਟਨਲ ਬਣ ਰਿਹਾ ਸੀ, ਉਹਦੇ ਵਿੱਚ ਮਜ਼ਦੂਰ ਵੀ ਕੰਮ ਕਰ ਰਹੇ ਸੀ, ਉਹ ਟਨਲ ਦੇ ਵਿੱਚ ਪਾਣੀ ਭਰ ਜਾਂਦਾ ਆ ਕਿ ਅੱਜ ਤੱਕ ਉਹਨਾਂ ਨੂੰ ਸਿਰਫ ਅਤੇ ਸਿਰਫ 22 ਡੈੱਡ ਬਾਡੀਜ਼ ਮਿਲੀਆਂ। ਹਾਲੇ ਤਾਈਂ 100 ਤੋਂ ਉੱਪਰ ਬੰਦੇ ਦਾ ਕੋਈ ਪਤਾ ਨਹੀਂ ਚੱਲ ਸਕਿਆ। ਸੰਵੇਦਨਾਵਾਂ ਆ ਜਸ ਪੰਜਾਬੀ ਵੱਲੋਂ ਵੀ, ਪਰਮਾਤਮਾ ਸਾਰਿਆਂ ਦਾ ਭਲਾ ਕਰੇ, ਵਿਛੜੀਆਂ ਆਤਮਾਵਾਂ ਨੂੰ ਸ਼ਾਂਤੀ ਦੇਵੇ। ਪਰ ਗੱਲ ਉੱਥੇ ਆ ਜਾਂਦੀ ਆ ਕਿ ਅਸੀਂ ਕੁਦਰਤ ਨਾਲ ਖਿਲਵਾੜ ਕਰਦੇ ਹਾਂ ਅਤੇ ਕੁਦਰਤ ਫਿਰ ਸਜ਼ਾ ਵੀ ਦਿੰਦੀ ਹੈ। ਦਰਸ਼ਕੋ, ਆਪਣੇ ਨਾਲ ਇੱਕ ਕਲਰ ਜੁੜ ਗਏ ਨੇ, ਆਪਾਂ ਕਾਲ ਲੈ ਕੇ ਅੱਗੇ ਵੱਧਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਹੋ? ਹਾਂਜੀ, ਸਤਿ ਸ਼੍ਰੀ ਅਕਾਲ ਪੰਨੂ ਸਾਹਿਬ, ਕੀ ਹਾਲ ਹੈ ਜਨਾਬ? ਹਾਂ ਠੀਕ ਹੈ ਜੀ, ਸਭ ਠੀਕ ਠਾਕ। ਸਵਾਗਤ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ। ਪੰਨੂ ਸਾਹਿਬ, ਅੱਜ ਦਾ ਕੁਐਸਚਨ ਇਹ ਆ ਵੀ ਤੁਸੀਂ ਵੀ ਨਿਊਜ਼ ਦੇ ਵਿੱਚ ਸੁਣਿਆ ਹੋਣਾ ਕਿ ਪੰਚਾਇਤਾਂ ਅਤੇ ਮਹਾਂਪੰਚਾਇਤਾਂ ਜੁੜ ਰਹੀਆਂ ਨੇ ਅੱਡ ਅੱਡ ਸਟੇਟਾਂ ਦੇ ਵਿੱਚ, ਕੀ ਗੱਲ ਤੁਹਾਨੂੰ ਲੱਗਦਾ ਕਿਸੇ ਦਣ ਪੱਤਣ ਲੱਗੂਗੀ? ਹਾਂਜੀ ਜ਼ਰੂਰ ਜੀ, ਜਿਸ ਤਰ੍ਹਾਂ 26 ਜਨਵਰੀ ਤੋਂ ਬਾਅਦ ਦੀਆਂ ਘਟਨਾਵਾਂ ਤੋਂ ਬਾਅਦ ਪੱਛਮੀ ਉੱਤਰ ਪ੍ਰਦੇਸ਼ ਅਤੇ ਹਰਿਆਣਾ ਅਤੇ ਰਾਜਸਥਾਨ ਦੇ ਵਿੱਚ ਖਾਮ ਪੰਚਾਇਤਾਂ ਦੇ ਵਿੱਚ ਵੱਡੇ ਵੱਡੇ ਇਕੱਠ ਦੇਖਣ ਨੂੰ ਮਿਲੇ ਆ। ਇਸ 'ਚ ਸਾਰੀਆਂ ਰਾਜਨੀਤਿਕ ਪਾਰਟੀਆਂ ਵੀ ਅੱਖਾਂ ਖੋਲ੍ਹ ਕੇ ਵੇਖ ਰਹੀਆਂ ਨੇ ਵੀ ਇਹ ਹੋ ਕੀ ਰਿਹਾ ਵਾ, ਇਹ ਅੰਦੋਲਨ ਪੂਰੇ ਦੇਸ਼ 'ਚ ਫੈਲਦਾ ਜਾ ਰਿਹਾ ਹੈ। ਔਰ ਪੰਜਾਬ ਤੋਂ ਵੀ ਖਬਰਾਂ ਆ ਰਹੀਆਂ ਕਿ ਪੰਜਾਬ ਦੇ ਸ਼ਹਿਰ ਮੋਗੇ ਅਤੇ ਲੁਧਿਆਣੇ ਦੇ ਵਿੱਚ, ਜਗਰਾਵਾਂ ਸ਼ਹਿਰ ਦੇ ਵਿੱਚ ਵੀ ਆਉਣ ਵਾਲੇ ਸਮੇਂ 'ਚ ਇੱਕ ਬਹੁਤ ਵੱਡਾ ਕਿਸਾਨਾਂ ਦਾ ਇਕੱਠ, ਵੱਡੀ ਮਹਾਂਪੰਚਾਇਤ ਬੁਲਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਜੀ ਜੀ ਜੀ। ਔਰ ਉਮੀਦ ਆ ਵੀ ਇਸ ਦਬਾਅ ਨੂੰ ਵੇਖਦਿਆਂ ਹੋਇਆਂ ਜੀ ਇਹ ਸਰਕਾਰ ਨੂੰ ਵੀ ਗਾਂ ਕੁਛ ਮਹਿਸੂਸ ਹੋਵੇਗਾ ਵੀ ਗਾਂ ਆਉਣ ਵਾਲੇ ਪੰਜਾਬ ਦੇ ਤੇ ਯੂਪੀ ਦੇ ਇਲੈਕਸ਼ਨ ਨੇ, ਗਾਂ 2.5 ਸਾਲਾਂ ਬਾਅਦ ਫਿਰ ਲੋਕਾਂ ਦੀ ਕਚਹਿਰੀ 'ਚ ਜਾਣਾ ਹੈ। ਸਰਕਾਰ ਨੂੰ ਜ਼ਰੂਰ ਇਸ ਇਹਨਾਂ ਜਿਹੜਾ ਨਵਾਂ ਮਾਹੌਲ ਰਾਜਨੀਤਿਕ ਸਿਰਜਿਆ ਜਾ ਰਿਹਾ, ਜ਼ਰੂਰ ਇਸ ਦੇ ਉੱਤੇ ਨਿਗਾਹ ਰੱਖੇਗੀ ਔਰ ਕੋਈ ਨਾ ਕੋਈ ਰਸਤਾ ਖੁੱਲ੍ਹਣ ਦੀ ਉਮੀਦ ਬਣਦੀ ਆ। ਜੀ ਪੰਨੂ ਸਾਹਿਬ, ਇੱਕ ਨਾ ਮੈਂ ਤੁਹਾਡੇ 'ਤੇ ਗੱਲ ਪੁੱਛਣੀ ਸੀ ਜੋ ਮੇਰੇ ਵਿਚਾਰ ਦੇ ਵਿੱਚ ਹੀ ਆ ਕਿ ਜੋ ਭਾਈਚਾਰਾ ਦੇਖਣ ਨੂੰ ਮਿਲ ਰਿਹਾ, ਜਿਹੜੀਆਂ ਵੰਡੀਆਂ ਪੈ ਚੁੱਕੀਆਂ ਸਨ ਖਾਸ ਕਰਕੇ ਪਿਛਲੇ ਕੁਛ ਸਾਲਾਂ ਤੋਂ, ਆਪਾਂ ਕਿਸੇ ਵੱਲ ਇਸ਼ਾਰਾ ਨਹੀਂ ਕਰਦੇ ਕਿਸੇ ਪਾਰਟੀ ਵਿਸ਼ੇਸ਼ ਵੱਲ ਜਾਂ ਕਿੱਦਾਂ, ਉਹ ਜਿਹੜਾ ਭਾਈਚਾਰਾ ਦੇਖਣ ਨੂੰ ਮਿਲਦਾ, ਤੁਹਾਨੂੰ ਲੱਗਦਾ ਕਿ ਇਹ ਜਦੋਂ ਅੰਦੋਲਨ ਖਤਮ ਹੋ ਗਿਆ ਇੱਕ ਭਾਰਤ ਵਰਸ਼ ਦੀ ਇੱਕ ਨਵੀਂ ਤਸਵੀਰ ਉੱਭਰ ਕੇ ਸਾਹਮਣੇ ਆਏਗੀ? ਬਿਲਕੁਲ, ਇਹ ਇੱਕ ਤਾਂ ਭਾਈਚਾਰੇ ਦੀ ਜਿਹੜੀ ਰੀੜ੍ਹ ਦੀ ਹੱਡੀ ਆ ਉਹ ਕਿਸਾਨੀ ਹੈ ਜੀ, ਔਰ ਕਿਸਾਨੀ ਦਾ ਜਿਹੜਾ ਆਪਣਾ ਕਲਚਰ ਹੈ ਨਾ, 24 ਘੰਟੇ ਦੀ ਡਿਊਟੀ ਹੈ ਜਿਹੜੀ, ਉਹ ਜਿਹੜਾ ਜੁਝਾਰੂ ਪਾਨ ਆ, ਉਹ ਜਿਹੜਾ ਸੋਸ਼ਲ ਐਕਟੀਵਿਟੀ ਆ, ਉਹ ਸਾਰੇ ਇਸ ਏਰੀਏ ਦੀ ਸਾਂਝੀ ਆ। ਔਰ ਇਸ ਸਾਰੇ ਏਰੀਏ ਦੇ ਵਿੱਚ ਜਿਹੜਾ ਹਰਿਆਣਾ, ਪੰਜਾਬ, ਉੱਤਰੀ ਰਾਜਸਥਾਨ ਤੇ ਪੱਛਮੀ ਉੱਤਰ ਪ੍ਰਦੇਸ਼ ਆ, ਇਹ ਅੰਨ ਦਾ ਬਹੁਤ ਵੱਡਾ ਹਿੱਸਾ ਭਾਰਤ ਨੂੰ ਦਿੰਦਾ ਹੈ ਜੀ। ਔਰ ਇਹਦੇ ਵਿੱਚ ਅਸਲੀ ਸੈਕੂਲਰ ਕਰੈਕਟਰ ਜਿਹੜਾ ਕੰਟਰੀ ਦਾ, ਉਹ ਰਿਪ੍ਰਜੈਂਟ ਹੁੰਦਾ, ਉਹਦੀ ਸਾਹਮਣੇ ਅੱਖਾਂ ਸਾਹਮਣੇ ਪ੍ਰਦਰਸ਼ਨੀ ਪ੍ਰਤੱਖ ਨਜ਼ਰ ਆਉਂਦੀ ਆ, ਔਰ ਇੱਥੋਂ ਇੱਕ ਭਾਰਤ ਦਾ ਸੈਕੂਲਰ ਕਰੈਕਟਰ ਸਾਹਮਣੇ ਨਜ਼ਰ ਆਉਂਦਾ। ਜੀ 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 ਪੰਨੂ ਸਾਹਿਬ, ਪੰਨੂ ਸਾਹਿਬ ਅੱਗੇ ਇੱਕ ਕੁਐਸਚਨ ਮੇਰਾ ਆਪਣੇ ਰਾਜਸਥਾਨ ਸਟੇਟ ਨਾਲ ਹੈਗਾ ਕਿ ਦੋ ਨਿਵੇਕਲੀਆਂ ਗੱਲਾਂ ਦੇਖਣ ਨੂੰ ਮਿਲੀਆਂ। ਅੱਜ ਤੋਂ ਉੱਥੇ ਬਜਟ ਸੈਸ਼ਨ ਸ਼ੁਰੂ ਹੋ ਰਿਹਾ ਵਿਧਾਨ ਸਭਾ ਦੇ ਵਿੱਚ, ਅਤੇ ਜਿਹੜੇ ਡਿਪਟੀ, ਫੋਰਮਰ ਡਿਪਟੀ ਚੀਫ ਮਿਨਿਸਟਰ ਸਚਿਨ ਪਾਇਲਟ ਨੂੰ ਹਟਾ ਦਿੱਤਾ ਗਿਆ ਸੀ, ਜੋ ਵੀ ਕਾਰਨਾਂ ਕਰਕੇ, ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਹਨਾਂ ਦੇ
उन्होंने फिर पिछलियां सीटां ते बैठन मजबूर किया गया सी, पर हुण बजट सैशन दे विच उन्हां दी सीट बिल्कुल फ्रंट लाइन ते कैबिनेट मिनिस्टरां दे विच रखी गई है। ये बहुत अच्छे संकेत नहीं राजस्थान कांग्रेस वास्ते? बिल्कुल जी, सचिन पायलट अजकल महापंचायतां जिहड़ियां चल रहीयां किसानां दे दौरां च उहदे च वी वध चढ़ के शिरकत कर रहे ने जी, और जिन्ने आपणे समर्थक है उन्हां नूं मोबिलाइज कर रहे ने। उन्हूं देखदिआं होइआ कांग्रेस वास्ते इह चंगी खबर है कि उसका जिहड़ा बणदा माण ताण है उस नूं मिल रहा, और कैबिनेट की सीट च उहनूं अगे लिआंदा जा रहा जिहड़ी उह पहली पुरानी जगह सी उहदे वल नूं उह वध रहा वा। इह कांग्रेस वास्ते वी चंगी गल है और डेमोक्रेसी वास्ते वी ठीक संकेत नजर आते हैं। पर साहब एक ये गल है कि इस ते कि एक होर गल उभर के आई कि बजट सैशन दे विच काउंटर करन कांग्रेस नूं काउंटर करन भारतीय जनता पार्टी ने एक कोर कमेटी बनाई है जिहदे विच वसुंधरा राजे आप तो है नहीं, लेकिन वो जिहड़े दूसरे ने नेता प्रतिपक्ष गुलाब चंद कटारिया उन्हां दे नाल नाल राजेंद्र राठौड़ नूं लिया गया। राजेंद्र राठौड़ नूं कोर कमेटी ले जाण वास्ते तुसीं तुहाडा की विचार उहदे उत्ते? देखो जी, राजेंद्र राठौड़ काफ़ी हुण देर तो इस राजनीतिक मंच के उत्तर से सक्रिय राजनीति च उतरिया होया वा जी, और हुण अजकल वो सीनियर लीडर की कैटेगरी च आउंदा है। जे उसनूं कोर कमेटी च लिया गया वा इस बजट सैशन वास्ते तो एक चंगा संकेत है उहदा, इह डेमोक्रेटिक राइट भी बनता है कि उन्होंने जिम्मेवारियां दित्तियां जाण, और ये चंगी गल है कि उत्तरी राजस्थान च गंगानगर वाले एरिए एक इस कोर कमेटी रिप्रजेंटेशन मिली है। बहुत बहुत धन्यवाद पन्नू साहब, तुसी टाइम कढ़िया। बहुत बहुत धन्यवाद जी, जस पंजाबी के दर्शकों का भी तुहाडा भी धन्यवाद जी। पन्नू साहब ਇਹ ਸੀ ਡਾਕਟਰ ਚਰਨਜੀਤ ਸਿੰਘ ਪੰਨੂ ਜਿਹੜੇ ਕਿ ਸਾਡੇ ਨਾਲ ਆਪਦੇ ਵਿਚਾਰ ਸਾਂਝੇ ਕਰਦੇ ਰਹਿੰਦੇ ਨੇ। ਦਰਸ਼ਕੋ ਮੈਂ ਗੱਲ ਉੱਤਰਾਖੰਡ ਦੀ ਕਰ ਰਿਹਾ, ਚਮੋਲੀ ਡਿਸਟ੍ਰਿਕਟ ਦੇ ਵਿੱਚ ਤਪੋਵਨ ਪਿੰਡ ਦੇ ਕੋਲ ਜਿਹੜਾ ਟਨਲ ਬਣ ਰਿਹਾ ਸੀ ਜਿਹੜਾ ਕਿ ਗਲੇਸ਼ੀਅਰ ਫਟਿਆ ਉਹਦੇ ਵਿੱਚ ਕਾਫੀ ਜੋ ਨੁਕਸਾਨ ਵੀ ਹੋਇਆ, ਜਿਹੜਾ ਫਾਈਨੈਂਸ਼ੀਅਲ ਨੁਕਸਾਨ ਹੋਣਾ ਹੋਣਾ ਨਾਲ ਜਾਨੀ ਨੁਕਸਾਨ ਬਹੁਤ ਹੋਇਆ, ਅਤੇ ਦੁਆ ਕਰਦੇ ਇੱਦਾਂ ਦੀ ਘਟਨਾ ਕਦੇ ਵੀ ਨਾ ਵਾਪਰੇ। ਪਰ ਮੈਂ ਤੁਹਾਨੂੰ ਇੱਕ ਚੀਜ਼ ਇਸ ਚੀਜ਼ ਬਾਰੇ ਸਾਂਝੀ ਕਰਨੀ ਚਾਹੁੰਦਾ ਕਿ ਇਹਦੇ ਆਲੇ ਦੁਆਲੇ ਬਹੁਤ ਹੀ ਘਣੇ ਜੰਗਲ ਨੇ, ਔਰ ਕਈ ਸਾਲ ਪਹਿਲਾਂ ਇੱਕ ਪਿੰਡ ਹੈ ਜੀ ਇਸ ਏਰੀਏ ਦੇ ਵਿੱਚ ਰਹਿਣੀ, ਉਦੋਂ ਜਦੋਂ ਟਨਲ ਦੀ ਅਤੇ ਇੱਕ ਹੋਰ ਬਹੁਤ ਵੱਡਾ ਪ੍ਰੋਜੈਕਟ ਉੱਥੇ ਚੱਲ ਰਿਹਾ ਹੈ ਸ਼ਾਇਦ ਕਿਸੇ ਕੰਪਨੀ ਦਾ, ਜਦੋਂ ਇਹ ਅਨਾਊਂਸ ਹੋਈ ਸੀ ਤਾਂ ਉਦੋਂ ਰਹਿਣੀ ਪਿੰਡ ਵਾਲਿਆਂ ਨੇ ਖਾਸ ਕਰਕੇ ਜਿਹੜੀ ਮਹਿਲਾਵਾਂ ਸੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਇੱਕ ਪਹਾੜੀ ਏਰੀਏ 'ਚ ਰਹਿੰਦੇ, ਜੇ ਇੱਥੋਂ ਰੁੱਖ ਵੱਢੇ ਗਏ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਵੱਡਾ ਨੁਕਸਾਨ ਦੇਖਣ ਨੂੰ ਮਿਲੇਗਾ। ਔਰ ਉਸ ਟਾਈਮ ਦੇ ਵਿੱਚ ਉਸ ਪਿੰਡ ਦੀਆਂ ਮਹਿਲਾਵਾਂ ਨੇ ਰੱਖੜੀ ਜਿਹੜੀ ਆ ਰੱਖੜੀ ਰਕਸ਼ਾ ਬੰਧਨ ਦਾ ਤਿਉਹਾਰ ਆਪਦੇ ਭਰਾਵਾਂ ਨਾਲ ਤਾਂ ਮਨਾਏ ਸੀ, ਉਹਨਾਂ ਨੇ ਜਾ ਕੇ ਉਸ ਪਿੰਡ ਦੇ ਉਸ ਏਰੀਏ ਦੇ ਰੁੱਖਾਂ ਦੇ ਨਾਲ ਵੀ ਮਨਾਇਆ ਸੀ, ਰੱਖੜੀਆਂ ਉਹਨਾਂ ਦੇ ਦਰਖਤਾਂ ਨੂੰ ਬੰਨੀਆਂ ਸੀਗੀਆਂ, ਅਤੇ ਨਾਲੇ ਪ੍ਰਸ਼ਾਸਨ ਨੂੰ ਪੁਰਜ਼ੋਰ ਮੰਗ ਕੀਤੀ ਸੀ ਕਿ ਇਹਨਾਂ ਨੂੰ ਨਾ ਵੱਢਿਆ ਜਾਵੇ, ਕਿਉਂਕਿ ਉਹ ਜਿਹੜਾ ਉਹ ਸਲਖਨ ਮਤਲਬ ਕਿ ਢਲਾਈ ਦਾ ਏਰੀਆ ਹੈ ਅਤੇ ਨੁਕਸਾਨ ਹੋ ਸਕਦਾ। ਔਰ ਉਹ ਗੱਲਾਂ 30-35 ਸਾਲ ਪਹਿਲਾਂ ਸੀ, ਤਾਂ ਅੱਜ ਉਸੇ ਸੇਮ ਏਰੀਏ ਦੇ ਵਿੱਚ ਰੁੱਖ ਵੱਢਣ ਨਾਲ ਟਨਲ ਬਣਾਉਣ ਨਾਲ ਜੋ ਵੀ ਆ ਜੋ ਅੱਜ ਨੁਕਸਾਨ ਦੇਖਣ ਨੂੰ ਮਿਲਣਾ ਉਹਦੀ ਭਰਪਾਈ ਟਨਲ ਵੀ ਆ ਜਾਣਗੇ, ਪਰ ਜਿਹੜੇ ਬੰਦੇ ਚਲੇ ਗਏ ਉਹ ਵਾਪਸ ਨਹੀਂ ਆਉਣਗੇ। ਦਰਸ਼ਕੋ ਆਪਣੇ ਨਾਲ ਇੱਕ ਕਾਲਰ ਜੁੜ ਗਏ ਨੇ, ਆਪਾਂ ਮਿਲ ਲੈਂਦੇ ਹਾਂ। ਸਵਾਗਤ ਜੀ, ਹਾਂਜੀ ਭਾਈ ਸਾਹਿਬ ਹੋਲਡ ਰੱਖੋਗੇ ਥੋੜ੍ਹਾ ਚ? ਦਰਸ਼ਕੋ ਆਪਣਾ ਵੇਲਾ ਇੱਕ ਬ੍ਰੇਕ ਦਾ ਹੋ ਗਿਆ, ਆਪਾਂ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ, ਇਸੇ ਤਰ੍ਹਾਂ ਬਣੇ ਰਹੋ ਜਸ ਪੰਜਾਬੀ। ਸਵਾਗਤ ਜੀ ਤੁਹਾਡਾ ਫਿਰ ਓਪਨ ਪਲੇਟਫਾਰਮ ਪ੍ਰੋਗਰਾਮ ਜਸ ਪੰਜਾਬੀ, ਟਿਊਜ਼ਡੇ ਵੈਂਸਡੇ ਥਰਸਡੇ ਸ਼ਾਮ ਨੂੰ 9 ਵਜੇ ਪੈਸੀਫਿਕ ਟਾਈਮ। ਮੈਂ ਤੁਹਾਡਾ ਗੁਰਲਾਲ ਇੱਥੋਂ ਕੈਲੀਫੋਰਨੀਆ ਸਟੂਡੀਓ 'ਚੋਂ ਤੁਹਾਡੇ ਰੂਬਰੂ ਹੁੰਦਾ, ਔਰ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਮੈਨੂੰ ਵੀ ਓਨਾ ਹੀ ਪਿਆਰ ਦਿਓਗੇ ਜਿੰਨਾ ਕਿ ਜਸ ਪੰਜਾਬੀ ਦੇ ਬਾਕੀ ਦੇ ਪ੍ਰੋਗਰਾਮਾਂ ਨੂੰ ਤੁਸੀਂ ਦਿੰਦੇ ਹੋ। ਅਤੇ ਅਦਾਰਾ ਜਸ ਪੰਜਾਬੀ ਅਤੇ ਅਸੀਂ ਸਾਰੇ ਧੰਨਵਾਦੀ ਹਾਂ ਤੁਹਾਡੇ ਇਸ ਪਿਆਰ ਲਈ। ਦਰਸ਼ਕੋ ਆਪਣੇ ਨਾਲ ਇੱਕ ਕਾਲਰ ਜੁੜ ਗਏ ਨੇ ਬਾਜਵਾ ਸਾਹਿਬ ਸ਼ਿਕਾਗੋ ਤੋਂ, ਉਹਨਾਂ ਦੇ ਵਿਚਾਰ ਲੈਂਦੇ ਇਸ ਤੋਂ, ਉਸ ਤੋਂ ਬਾਅਦ ਅੱਗੇ ਵਧਾਂਗੇ। ਸਤਿ ਸ਼੍ਰੀ ਅਕਾਲ ਬਾਜਵਾ ਸਾਹਿਬ, ਤੁਸੀਂ ਓਨ ਏਅਰ ਹੋ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ ਕੁਣਾਲ ਸਾਹਿਬ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਮੈਂ ਇਸੇ 'ਤੇ ਗੱਲ ਕਰਨੀ ਸੀ ਜੋ ਅੱਜ ਆਪਣੇ ਪ੍ਰਧਾਨ ਮੰਤਰੀ ਜੀ ਸ਼੍ਰੀਮਾਨ ਮੋਦੀ ਸਾਹਿਬ ਲੋਕ ਸਭਾ 'ਚ ਜਿਹੋ ਜਿਹੇ ਬਿਆਨ ਦਿੰਦੇ ਆ ਜੀ ਜੀ,
ਦੇਖੋ 2 ਦਿਨਾਂ 'ਚ ਕਿੰਨਾ ਫਰਕ ਹੈ। ਬਿਲਕੁਲ, ਜਿਹੜਾ ਬੀਤੇ ਦਿਨ ਉਹ ਬਿਆਨ ਦੇ ਰਹੇ ਸੀ ਇਹ ਅੰਦੋਲਨ ਜੀਵੀ ਹੈ, ਇਹ ਹਰ ਇੱਕ ਥਾਂ ਲੱਭਦੇ ਆ, ਇਹ ਪਰਜੀਵੀ ਆ, ਮਤਲਬ ਉਹ ਪੈਰਾਸਾਈਟ ਹੁੰਦੇ ਆ ਜਿਹੜੇ ਲੋਕ ਕਿਸੇ ਤੇ ਪਲਦੇ ਆ, ਇਹ ਇੱਕ ਇਸ ਲੈਵਲ ਤੇ ਪੋਲੀਟੀਸ਼ੀਅਨਸ ਨੂੰ ਨਹੀਂ ਕਰਨਾ ਚਾਹੀਦਾ, ਕਿਉਂਕਿ ਵੋਟਰਸ ਤੇ ਇਹ ਜਿਹੜੇ ਮਿਨਿਸਟਰ ਜਾਂ ਐਮ ਪੀ ਇਹਨਾਂ ਦਾ ਇੱਕ ਬੜਾ ਰਿਲੇਸ਼ਨ ਹੈ ਆਪਸ ਦੇ ਵਿੱਚ। ਰਾਈਟ ਰਾਈਟ, ਇਹ ਵੋਟਰ ਅਸੀਂ ਇਹਨਾਂ ਨੂੰ ਚੁਣਦੇ ਆ ਸਾਡੇ ਮਸਲੇ ਸਾਲਵ ਕਰਨ ਨੂੰ, ਸਾਰਾ ਕੰਟਰੀ ਦਾ ਵੈਲਥ ਅਸੀਂ ਇਹਨਾਂ ਦੇ ਹੱਥ 'ਚ ਫੜਾ ਦਿੰਦੇ ਆ, ਇਕੱਠਾ ਕਰਕੇ, ਮਿਹਨਤ ਕਰਕੇ, ਟੈਕਸ ਦੇ ਕੇ, ਇਹ ਮੁੜ ਕੇ ਸਾਨੂੰ ਵੰਡਦੇ ਆ, ਸੋ ਇਹਨਾਂ ਨੂੰ ਇੱਕ ਪ੍ਰਿਵਿਲੇਜ ਮਿਲਦੀ ਹੈ ਉਹਦੇ ਨਾਲ ਜੀ, ਤੇ ਇਸ ਕਰਕੇ ਇਹ ਕਿਸੇ ਵੀ ਪੋਲੀਟੀਸ਼ੀਅਨ ਨੂੰ, ਜਿਵੇਂ ਕਿ ਵੋਟਰ ਨੂੰ ਨਹੀਂ ਇਨਸਲਟ ਕਰਨੀ ਚਾਹੀਦੀ, ਪੋਲੀਟੀਸ਼ੀਅਨ ਨੂੰ ਇਨਸਲਟ ਨਹੀਂ ਕਰਨੀ ਚਾਹੀਦੀ। ਹੁਣ ਆਪਾਂ ਦੁਬਾਰਾ ਆਉਂਦੇ ਹਾਂ ਵੀ ਏਡੀ ਕੋਈ ਟ੍ਰਬਲ ਕੀ ਹੈ ਵੀ ਜਿਹੜੀ ਐਮ ਐਸ ਸੀ ਨਹੀਂ ਲਾ ਸਕਦੇ। ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣਾ ਜੀ ਜੀ ਜੀ, ਇੱਕ ਗੌਰਮੈਂਟ ਮੁਲਾਜ਼ਮ 10 ਸਾਲ ਪਹਿਲਾਂ ਕਿਸੇ ਮਹਿਕਮੇ 'ਚ ਭਰਤੀ ਹੋਇਆ ਜੀ, ਉਹਨੂੰ ਅਸੀਂ ਆਏ ਸਾਲ ਇੱਕ ਇਨਕਰੀਮੈਂਟ ਲਾਉਂਦੇ ਹਾਂ ਜੀ, ਉਹ ਅਗਰ 100 ਰੁਪਏ ਤੋਂ ਲੱਗਦਾ 110 ਤੇ ਹੁੰਦਾ, 120 ਤੇ, 130 ਤੇ, 140 ਤੇ, ਉਹ ਸਟੇਟ ਉਹ ਸਟੇਟ ਵੀ ਦਿੰਦੀ ਹੈ ਤੇ ਸੈਂਟਰਲ ਗਵਰਨਮੈਂਟ ਵੀ ਦਿੰਦੀ ਹੈ। ਹਾਂਜੀ ਹਾਂ, ਮੈਂ ਇੱਕ ਐਗਜ਼ਾਮਪਲ ਤਾਂ ਲੈਣ ਲੱਗਿਆ, ਫਰਜ਼ ਕਰੋ 10 ਸਾਲਾਂ ਬਾਅਦ ਜੀ ਉਹ ਗਵਰਨਮੈਂਟ ਕਹਿੰਦੀ ਹੈ ਵੀ ਅਸੀਂ ਇਸ ਮਹਿਕਮੇ ਨੂੰ ਰੀਓਰਗਨਾਈਜ਼ ਕਰਨਾ ਜੀ 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 ਜੀ, ਵੀ ਜੇ ਤੁਹਾਡਾ ਪਹਿਲਾਂ ਅਹੁਦਾ ਸੀ ਕਲਰਕ, ਅਸੀਂ ਉਹਨੂੰ ਅਸਿਸਟੈਂਟ ਕਰਨਾ ਜਾਂ ਇਹ ਕਰਨਾ ਉਹ ਕਰਨਾ, ਪਰ ਉਹਦੇ ਵਿੱਚ ਫਿਰ ਕੀ ਹੁੰਦਾ, ਉਹਨਾਂ ਦੀ ਉਹ ਪੇ ਪ੍ਰੋਟੈਕਟ ਹੁੰਦੀ ਹੈ। ਰਾਈਟ ਰਾਈਟ, ਹਾਂ ਹੁਣ ਦੇਖੋ ਆਪਾਂ ਇਹ ਐਗਰੀਕਲਚਰ ਨੂੰ ਰੀਵੈਂਪ ਕਰਨਾ, ਇਹਨੂੰ ਆਪਾਂ ਰੀਨਿਊ ਕਰਨਾ, ਇਹਨੂੰ ਮਾਡਰਨਾਈਜ਼ ਕਰਨਾ, ਹਾਂਜੀ, ਤੇ ਉਹ ਹੁਣ ਜਿਹੜੀ ਐਮ ਐਸ ਪੀ ਹੈ ਉਹ ਇੱਕ ਸਾਡੀ ਬੇਸ ਪ੍ਰਾਈਸ ਆ ਜਿਹੜੀ ਇੱਕ ਸੈਟਲ ਹੋ ਚੁੱਕੀ ਹੈ ਜੀ ਜੀ ਜੀ, ਅੱਜ ਦਾ ਕਿ ਇੱਕ ਫਾਰਮੂਲਾ ਬਣ ਚੁੱਕਿਆ ਸਵਾਮੀਨਾਥਨ, 15-16 ਸਾਲਾਂ ਤੋਂ ਉਹ ਚਾਲੂ ਆ ਰਿਹਾ, ਫਿਰ ਪ੍ਰਧਾਨ ਮੰਤਰੀ ਜੀ ਕਹਿ ਰਹੇ ਆ ਯੇ ਥੀ ਯੇ ਹੈ ਯੇ ਰਹੇਗੀ ਜੀ ਜੀ, ਉਸ ਚੀਜ਼ ਦਾ ਜਵਾਬ ਅਖਿਲੇਸ਼ ਯਾਦਵ ਨੇ ਬਹੁਤ ਸੋਹਣਾ ਦਿੱਤਾ ਬਾਜੋ ਸਾਹਿਬ। ਹਾਂਜੀ, ਕਿਉਂਕਿ ਉਹ ਹੈ ਵੀ ਨਹੀਂ ਸੀ, ਪਹਿਲਾਂ ਵੀ ਨਹੀਂ ਸੀ, ਹੁਣ ਵੀ ਨਹੀਂ ਹੈ, ਵੀ ਨਹੀਂ ਸੀ ਤੇ ਗਾਂ ਵੀ ਨਹੀਂ ਹੈ ਜੀ, ਮੰਨਣ ਨੂੰ ਤਿਆਰ ਨਹੀਂ ਜੀ, ਹੁਣ ਆਉਂਦੇ ਆ ਬਿੱਲਾਂ ਤੇ ਜੀ ਜੀ ਜੀ, ਜਿਹੜਾ ਬਿੱਲ ਹੈ ਪ੍ਰਮੋਸ਼ਨ ਐਂਡ ਫੈਸਿਲੀਟੇਸ਼ਨ ਜੀ, ਇਹਦੇ ਵਿੱਚ ਪ੍ਰਾਈਸ ਦੀ ਬਾਬਤ ਉਹਨਾਂ ਨੇ ਲਿਖਿਆ ਰੇਮੋਨਰੇਟਿਵ ਪ੍ਰਾਈਸਿਸ ਜੀ ਜੀ ਜੀ, ਰੇਮੋਨਰੇਟਿਵ ਦਾ ਮਤਲਬ ਹੈ ਫਾਇਦਾ, ਉਹ ਮੇਰਾ ਕਹਿਣ ਦਾ ਮਤਲਬ ਇਹ ਹੈ ਤੁਸੀਂ ਜਿੰਨਾ ਚਿਰ ਇਹਨੂੰ ਕੋਈ ਬਣਾਉਂਦੇ ਨਹੀਂ, ਮੇਰੇ ਵਾਸਤੇ ਇੱਕ 10 ਰੁਪਏ ਦੀ ਚੀਜ਼ ਸਸਤੀ ਹੋ ਸਕਦੀ ਹੈ, ਤੁਹਾਡੇ ਵਾਸਤੇ ਉਹ ਮਹਿੰਗੀ ਹੋ ਸਕਦੀ ਹੈ ਜੀ 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 ਜੀ, ਜਿਹਦੇ ਕੋਲ ਅਸੀਂ ਲੈਣ ਜਾਣਾ ਉਹਨੇ ਉਹ ਜਿਹੜੀ ਚੀਜ਼ ਹੈ ਉਹ 15 ਰੁਪਏ 'ਚ ਬਣਾਈ ਹੈ, ਉਹ ਤੁਹਾਨੂੰ ਕਿਵੇਂ ਦੱਸਦੀ ਵਿੱਚ। ਰਾਈਟ ਰਾਈਟ, ਇਸ ਕਰਕੇ ਐਮ ਐਸ ਸੀ ਐਮ ਐਸ ਪੀ ਲੱਗਣੀ ਬਹੁਤ ਜ਼ਰੂਰੀ ਹੈ। ਬਾਈਓ ਸਾਹਿਬ, ਇਹ 'ਚ ਇਹ ਨਹੀਂ ਹੋ ਸਕਦਾ ਕਿ ਜੇ ਮੰਨ ਲਓ ਕੋਈ ਸਵਾਮੀਨਾਥਨ ਰਿਪੋਰਟ ਦੇ ਹਿਸਾਬ ਨਾਲ ਜੇ ਕਿਸੇ ਵੀ ਫੋਰ ਹਾਈਪੋਥੈਟਿਕਲੀ ਮੈਂ ਲੈਂਦਾ ਕਿ ਮੰਨ ਲਓ 1800 ਰੁਪਏ ਕੁਇੰਟਲ ਹੈ ਕੋਈ ਵੀ ਫਸਲ ਐਮ ਐਸ ਪੀ ਦੇ ਹਿਸਾਬ ਨਾਲ ਸਵਾਮੀਨਾਥਨ ਦੀ ਫਾਰਮੂਲੇ ਦੇ ਹਿਸਾਬ ਨਾਲ, ਤਾਂ ਉਹਨੂੰ 1700 ਕਰ ਲਓ, ਜੇ ਲੋਡ ਪੈਂਦਾ 1650-1600 ਕਰ ਲਓ, ਅਤੇ ਉਨਾ ਹੀ ਜਿਹੜਾ ਐਮ ਆਰ ਪੀ ਆ ਉਹਨੂੰ ਕੰਟਰੋਲ ਕਰ ਲਓ, ਤਾਂ ਦੋਨੋਂ ਪਾਸੇ ਵਿਨ ਵਿਨ ਸਿਚੁਏਸ਼ਨ ਹੋ ਸਕਦੀ ਹੈ। ਦੇਖੋ ਉਹ ਕਿਸੇ ਹੋਰ ਸ਼ੇਪ 'ਚ ਕਰਕੇ ਦੇਖੋ, ਐਜ਼ ਅ ਰੂਲ ਤਾਂ ਉਹ 1800 ਤੋਂ ਨਹੀਂ ਕੱਟਣੀ ਚਾਹੀਦੀ ਜੀ, ਕਿਉਂਕਿ ਕਾਰਨ ਕੀ ਹੈ, ਜਿਹੜੀ ਐਮ ਐਸ ਸਵਾਮੀਨਾਥਨ ਰਿਪੋਰਟ ਹੋਈ ਆ ਜੀ ਜੀ, ਉਹ ਵੀ 80% ਇੰਪਲੀਮੈਂਟ ਹੋਈ ਆ, ਕਿਉਂਕਿ ਏ 2 ਦੇ ਦਿੰਦੇ ਆ, ਹਾਂਜੀ, ਐਫ ਐਲ ਫੈਮਿਲੀ ਲੇਬਰ ਦੇ ਦਿੰਦੇ ਆ, ਸੀ 2 ਨਹੀਂ ਦਿੱਤੀ ਹਾਲੇ, ਸੀ 2 ਮਤਲਬ ਹੈ ਮੇਰੀ ਆਪਣੀ ਜ਼ਿਮੀਦਾਰ ਦੀ, ਉਹਦੇ ਵਿੱਚ ਮੇਰੇ 1 ਬੰਦੇ ਲੱਗੇ, 2 ਲੱਗੇ, ਮੇਰੀ ਜ਼ਮੀਨ ਦਾ ਉਹ ਪੂਰੀ ਨਹੀਂ ਮਿਲੀ। ਅੱਛਾ ਹੁਣ ਗੱਲ ਉੱਥੇ ਆਉਣੀ ਹੈ, ਹਾਂਜੀ, ਵੀ ਇਹ ਕੋਈ ਵੱਡੀ ਗੱਲ ਨਹੀਂ ਹੈ, ਔਰ ਨਾਲੇ ਇੱਕ ਹੋਰ ਚੀਜ਼ ਹੈ ਭਾਜੀ ਜੀ ਜੀ, ਦੇਖੋ ਗੌਰਮੈਂਟ ਨੇ ਥੋੜ੍ਹਾ ਪੈਸਾ ਦੇਣਾ, ਜਿਹੜਾ ਪ੍ਰੋਡਕਟ ਕਿਸੇ ਨੇ ਲੈਣਾ ਉਹਨੂੰ ਉਹਨੇ ਗਾਂਹ ਵੇਚ ਦੇਣਾ ਜੀ, ਇਹਦੇ 'ਚ ਕੋਈ ਘਾਟੇ ਵਾਲਾ ਤਾਂ ਸੌਦਾ ਹੀ ਹੈ ਨਹੀਂ। ਜਿੱਦਾਂ ਮੈਂ ਲੋਕਾਂ ਨੇ ਚੀਜ਼ ਖਾਣੀ ਹੈ, ਕਈ ਐਪੀਸੋਡ ਪਹਿਲਾਂ ਮੈਂ ਇੱਕ ਕਿਹਾ ਸੀਗਾ ਆਪਣੇ ਪ੍ਰੋਗਰਾਮ ਦੇ ਵਿੱਚ ਵੀ, ਮੰਨ ਲਓ ਕੋਈ ਫਿਗਰ ਦੇ ਰਿਹਾ ਸੀਗਾ ਕਿ ਜੇ ਐਮ ਐਸ ਪੀ ਦਿੰਦੀ ਹੈ ਤਾਂ ਗੌਰਮੈਂਟ ਨੂੰ 16,000 ਕਰੋੜ ਦੀ ਲਾਗਤ ਦੇਣੀ ਪਊਗੀ, ਤਾਂ ਵਿਕੇ ਸ਼ਾਇਦ ਪਹਿਲੇ ਸਾਲ 14,000 ਕਰੋੜ ਦੀ, ਦੂਜੇ ਸਾਲ ਸ਼ਾਇਦ ਉਹ 20,000 ਕਰੋੜ ਦੀ ਵਿਕ ਜੇ, ਤਾਂ ਐਡੀ ਵੱਡੀ ਡੈਮੋਕ੍ਰੇਸੀ ਨੂੰ ਜਿੱਥੇ ਆਪਾਂ ਏਅਰ ਇੰਡੀਆ 1 ਪ੍ਰਧਾਨ ਮੰਤਰੀ ਨੇ ਇੰਨੇ ਇੰਨੇ 1000 ਕਰੋੜ ਲੈ ਕੇ ਇੱਕ ਪਲੇਨ ਲੈ ਰਹੇ ਹਾਂ,
ਤੇ ਇੱਕ ਇੰਨੇ 80% ਜਨਤਾ ਦੇ ਭਲੇ ਲਈ 2000 ਕਰੋੜ ਤਾਂ ਕੁਝ ਵੀ ਨਹੀਂਗਾ ਐਡੀ ਵੱਡੀ ਕੰਟਰੀ ਲਈ। ਨਾਲੇ ਜੀ ਇੱਕ ਹੋਰ ਚੀਜ਼ ਹੈ, ਜਿਵੇਂ ਆਪਾਂ ਪਹਿਲਾਂ ਜਿਵੇਂ ਗੱਲ ਕੀਤੀ ਹੈ, ਇਹ ਜਿਹੜੀਆਂ ਗਵਰਨਮੈਂਟਸ ਹੈ ਲੋਕਾਂ ਵਾਸਤੇ ਬਣੀਆਂ, ਇਹਨਾਂ ਦੇ ਪੈਸੇ ਕਿੱਥੇ ਲੈ ਕੇ ਜਾਣੇ? ਰਾਈਟ ਰਾਈਟ ਰਾਈਟ, ਉਹੀ ਮੈਂ ਗੱਲ ਕਰ ਰਿਹਾ, ਇਹਨਾਂ ਨੇ ਸਾਡੇ ਕੋਲੋਂ ਇਕੱਠੇ ਕਰਨੇ ਆ, ਲਾਉਣੇ ਆ, ਕਿਸੇ ਸਾਲ ਡੈਫਿਸਿਟ ਹੋਣਾ, ਕਿਸੇ ਸਾਲ ਪੈਸੇ ਇਧਰੋਂ ਲਿਆਉਣੇ ਆ, ਕਿਸੇ ਪਾਸੇ ਇੱਧਰ ਦੇਣੇ ਆ। ਅਗਰ ਲੋਕਾਂ ਨੂੰ ਤੁਸੀਂ ਇਹ ਨਿਰਾਸ਼ ਕਰ ਦਿਓ, ਉਹਨਾਂ ਦੀ ਬਣਦੀ ਜਿਹੜੀ ਮਿਹਨਤ ਨਾ ਦਿਓ, ਉਹ ਮਜ਼ਦੂਰ ਨੂੰ ਪੂਰਾ ਪੈਸਾ ਨਾ ਦਿਓ, ਕੁਝ ਨਾਲੇ ਜ਼ਿਮੀਦਾਰ ਨੂੰ ਤਾਂ ਕੋਈ ਬਾਜੀ ਮਿਲਦਾ ਹੀ ਨਹੀਂ ਹੈ ਜੀ ਜੀ ਜੀ, ਕੋਈ ਬੈਨੀਫਿਟ ਨਹੀਂ ਹੈ ਇਹਨਾਂ ਨੂੰ, ਕੋਈ ਬੈਨੀਫਿਟ ਨਹੀਂ ਹੈ। ਤੇ ਬਾਜਵਾ ਸਾਹਿਬ, ਆਪਾਂ ਆਹ ਤਾਂ ਇੱਧਰਲੀ ਗੱਲ ਕਰ ਲਈ, ਆਪਾਂ ਜੇ ਦੂਜਾ ਸਿੱਕੇ ਦਾ ਦੂਜਾ ਪਹਿਲੂ ਦੇਖੀਏ ਤਾਂ ਜੋ ਸੋਸ਼ਲ ਮੀਡੀਆ ਚੱਲ ਰਿਹਾ ਕਿ ਆਪਾਂ ਗੰਦੀ ਸ਼ਬਦਾਵਲੀ ਵਰਤਦੇ ਹਾਂ ਜਿਹੜੀ ਲੋਅਰ ਲੈਵਲ ਦੀ ਕਿਸੇ ਮੰਤਰੀ ਬਾਰੇ ਜਾਂ ਕਿਸਾਨ ਜਥੇਬੰਦੀਆਂ ਦੇ ਆਗੂ ਬਾਰੇ ਜਾਂ ਕੋਈ ਹੋਰ ਬੰਦਾ ਕਿਸਾਨਾਂ ਬਾਰੇ ਬੋਲ ਰਿਹਾ ਆ, ਤੁਹਾਨੂੰ ਨਹੀਂ ਲੱਗਦਾ ਕਿ ਇਹ ਚੀਜ਼ਾਂ ਅੰਦੋਲਨ ਨੂੰ ਜਾਂ ਸਰਕਾਰ ਦੇ ਵਿਚਾਲੇ ਹੋਣ ਵਾਲੀ ਗੱਲਬਾਤ ਨੂੰ ਵੀ ਖੋਰਾ ਲਾ ਸਕਦੀਆਂ? ਇਹ ਬਿਲਕੁਲ ਲਾਉਣੀਆਂ ਜੀ, ਇਹ ਹੋਣੀਆਂ ਨਹੀਂ ਚਾਹੀਦੀਆਂ। ਇਹ ਅਦਬ ਜਿਹੜਾ ਹੈ ਉਹ ਪੂਰਾ ਮੇਨਟੇਨ ਰੱਖਣਾ ਚਾਹੀਦਾ। ਅਗਰ ਤੁਸੀਂ ਮੀਟਿੰਗ 'ਚ ਵੀ ਬੈਠੇ ਜੇ ਤੇ ਬੜੇ ਅਦਬ ਨਾਲ ਗੱਲ ਕਰੋ, ਸੁਣੋ ਆਪਣਾ ਜਿਹੜਾ ਆਪਣਾ ਮੁੱਦਾ ਹੈ, ਅਸੀਂ ਕੀ ਕਰਾਉਣਾ ਉਹ ਵੀ ਦੱਸੋ। ਕਿਸੇ ਬੰਦੇ ਨੂੰ ਬਿਨਾਂ ਪ੍ਰੂਫ ਤੋਂ ਬਿਨਾਂ ਕਿਸੇ ਦਾ ਨਾਂ ਨਾ ਲਓ, ਠੀਕ ਹੈ ਸ਼ੱਕ ਹੈ, ਗਵਰਨਮੈਂਟ ਨੂੰ ਵੀ ਸ਼ੱਕ ਹੈ, ਉਹਨਾਂ ਨੇ ਲੋਕਾਂ ਨੂੰ ਉਹ ਫੜਦੀ ਹੈ। ਹਾਂਜੀ ਹਾਂਜੀ ਹਾਂ, ਉਹਦੇ ਵਿੱਚ ਗਲਤ ਬੰਦਾ ਵੀ ਜਾ ਸਕਦਾ ਹੈ ਤੇ ਠੀਕ ਵੀ ਜਾ ਸਕਦਾ, ਠੀਕ ਵੀ ਜਾ ਸਕਦਾ, ਟਾਈਮ ਵਿਲ ਟੈਲ, ਵੀ ਹੈਵ ਟੂ ਵੇਟ। ਰਾਈਟ, ਪਰ ਉਸ ਟਾਈਮ 'ਚ ਜੇ ਕੋਈ 130-135 ਕਰੋੜ ਦਾ ਦੇਸ਼ ਦੇ ਵਿੱਚ ਕੋਈ ਮੰਤਰੀ ਚੁਣਿਆ ਜਾਂ ਪ੍ਰਧਾਨ ਮੰਤਰੀ ਚੁਣਿਆ, ਆਪਾਂ ਨੂੰ ਕੋਈ ਹੱਕ ਨਹੀਂ ਗਾ ਕਿ ਆਪਾਂ ਉਹਦੇ ਬਦਲੇ ਕੋਈ ਇੱਦਾਂ ਦੀ ਸ਼ਬਦਾਵਲੀ ਵਰਤੀਏ। ਮੈਂ ਯੂਥ ਨੂੰ ਵੀ ਕਹੂੰਗਾ ਕਿ ਫੋਰ ਦਾ ਸੇਕ ਆਫ ਦਿਸ ਐਜੀਟੇਸ਼ਨ, ਆਪਾਂ ਉਹਨੂੰ ਭਲਾਈ ਦੇ ਰੱਖਦੇ ਹੋਏ ਆਪਾਂ ਇੱਦਾਂ ਦੀਆਂ ਗੱਲਾਂ ਨਾ ਕਰੀਏ, ਕਿਉਂਕਿ ਇਹਦੇ ਵਿੱਚ ਦੇਸ਼ ਦੀ ਸਾਰੇ ਦੀ ਬਦਨਾਮੀ ਹੁੰਦੀ ਹੈ। ਹਾਂਜੀ ਹਾਂ, ਨਹੀਂ ਨਹੀਂ ਕਰਨੀ ਚਾਹੀਦੀ ਹੈ। ਹਾਂਜੀ, ਜੇ ਤੁਸੀਂ ਇੱਕ ਮਿੰਟ ਤੁਹਾਡੇ ਕੋਲ ਹੋਵੇ ਜੀ ਜੀ, ਮੈਂ ਕੋਈ ਸਿਰਫ ਮੈਨੂੰ ਇੱਕ ਮਿੰਟ ਹੀ ਲੱਗਣਾ ਜੀ ਜੀ, ਬਾਜੀ ਸਾਹਿਬ ਤੁਹਾਨੂੰ ਮੈਂ ਦੱਸਦਾ ਜੀ ਕਿ ਮੇਰੇ ਜਿਵੇਂ ਮੈਂ ਕਾਫੀ ਇਹਨੂੰ ਪੜ੍ਹ ਕੇ ਦੇਖਿਆ। ਹਾਂਜੀ, ਵੀ ਅਗਰ ਇਹਨੂੰ ਕਰਨਾ ਹੈ ਜੀ, MSCP ਨੂੰ ਰਿਟੇਨ ਕਰ ਲਓ ਜੀ, ਉਹਨੂੰ ਲੀਗਲਾਈਜ਼ ਕਰਕੇ ਇਨਫਲੇਸ਼ਨ ਇੰਡੈਕਸ ਪ੍ਰਾਈਸ ਇਨਕਰੀਜ਼ ਦੇ ਨਾਲ ਜੋੜ ਦਿਓ, ਸੋ ਦਾ ਕਿ ਉਹਦਾ ਗਾਂ ਦਾ ਰੌਲਾ ਖਤਮ ਹੋ ਜੇ ਜੀ ਜੀ। ਜਿਹੜੇ ਪ੍ਰਾਈਵੇਟ ਟ੍ਰੇਡਰਸ ਹੈ ਉਹਨਾਂ ਨੂੰ ਆਉਣ ਦਿਓ ਜੀ, ਉਹ ਕੋਈ ਭਾਵੇਂ ਵੱਡਾ ਖਰੀਦੇ ਛੋਟਾ ਖਰੀਦੇ ਆੜਤੀਆ ਖਰੀਦੇ, ਕਿਉਂਕਿ ਜ਼ਿਮੀਦਾਰ ਨੂੰ ਤਾਂ ਪੈਸੇ ਚਾਹੀਦੇ। ਹਾਂਜੀ ਹਾਂਜੀ, ਪਰ ਜਿਹੜੇ ਉਹ ਆੜਤੀਏ ਬਾਹਰੋਂ ਆਉਣੇ ਆ ਉਹ ਜਿਹੜੀ ਸਟੇਟ ਤੋਂ ਚੀਜ਼ ਖਰੀਦਣ ਉੱਥੇ ਉਹ ਟੈਕਸ ਜ਼ਰੂਰ ਦੇਣ, ਕਿਉਂਕਿ ਉਹ ਜਿਵੇਂ ਮੰਡੀ ਬੋਰਡ ਨੂੰ ਪਹਿਲਾਂ ਮਿਲਦਾ। ਹਾਂਜੀ, ਉਹ ਫਿਰ ਸਟੇਟ ਦੀ ਇਨਕਮ ਹੋ ਜਾਂਦੀ ਹੈ ਰੂਰਲ ਡਿਵੈਲਪਮੈਂਟ ਵਾਸਤੇ। ਅਤੇ ਜਿਹੜਾ ਉਹ ਹੈਗਾ ਐਸੈਂਸ਼ੀਅਲ ਕਮੋਡਿਟੀ ਐਕਟ, ਉਹਨੂੰ ਨਾ ਤੋੜਿਆ ਜਾਏ। ਬਾਕੀ ਜਿਹੜੇ ਪ੍ਰਾਈਵੇਟ ਇਨਵੈਸਟਰ ਅਸੀਂ ਲਿਆਉਣੇ ਆ, ਉਹਨਾਂ ਨੂੰ ਬੜੇ ਵੱਡੇ ਸਕੇਲ ਤੇ ਰੂਰਲ ਏਰੀਆ 'ਚ ਲਿਆ ਕੇ ਇਹਨਾਂ ਨੂੰ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਲਾਓ, ਉੱਥੋਂ ਜਿਹੜੀ ਸਰਪਲਸ ਲੇਬਰ ਹੈ, ਜ਼ਿਮੀਦਾਰਾਂ ਜਿਹੜੀ ਲੇਬਰ ਹੈ ਜੀ, ਇਹ ਤਾਂ ਥੋੜ੍ਹੀ ਜਿਵੇਂ ਹੁਣ ਆਪਾਂ ਫਸਲ ਬੀਜਤੀ, ਉੱਚਰ ਅਸੀਂ ਵਿਹਲੇ ਹੁੰਦੇ ਹਾਂ, ਮੁੜ ਕੇ ਸਾਡੇ ਵਾਸਤੇ ਉਹ ਇੰਡਸਟਰੀ ਲਾਓ, ਅਸੀਂ ਉੱਥੇ ਕੰਮ ਕਰੀਏ, ਔਰ ਰੂਰਲ ਏਰੀਆ ਜਿਹੜਾ ਹੈ ਉਹ ਡਿਵੈਲਪ ਹੋਏਗਾ, ਉਹਦੇ ਨਾਲ ਸਭ ਦਾ ਫਾਇਦਾ ਹੈ। ਕਿਉਂਕਿ ਇੰਡੀਆ ਇੱਕ ਹਾਲੇ ਵੀ ਇਹ ਲੋਕ ਉੱਥੋਂ ਦੇ ਗਰੀਬ ਆ, ਕੰਟਰੀ ਰਿਚ ਹੈ, ਲੋਕਾਂ ਦੇ ਪੱਲੇ ਹਲੇ ਬਾਰਾ ਕੁਛ ਨਹੀਂ ਪਿਆ, ਸਾਡੀ ਆਬਾਦੀ ਜ਼ਿਆਦਾ, ਇਸ ਕਰਕੇ ਸਾਨੂੰ ਫਾਰਮਰ ਛੱਡਣੇ ਨਹੀਂ ਚਾਹੀਦੇ, ਇਹਨਾਂ ਨੂੰ ਇੱਕ ਉੱਤੇ ਲੈਵਲ ਤੇ ਲਿਆਈਏ, ਇਹਨਾਂ ਨੂੰ ਪੜ੍ਹਾ ਲਿਖਾ ਕੇ ਇਹ ਆਪੇ ਚੰਗੀ ਨੌਕਰੀਆਂ 'ਚ ਲੱਗਣ। ਧੰਨਵਾਦ ਜੀ। ਧੰਨਵਾਦ ਬਾਜਵਾ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ। ਦਰਸ਼ਕ ਸਨ ਬਾਜਵਾ ਸਾਹਿਬ, ਆਪਾਂ ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ, ਇੱਦਾਂ ਹੀ ਬਣੇ ਰਹੋ ਜਸ ਪੰਜਾਬੀ। ਸਵਾਗਤ ਜੀ ਤੁਹਾਡਾ ਫਿਰ ਸਾਰਿਆਂ ਦਾ ਪ੍ਰੋਗਰਾਮ ਓਪਨ ਪਲੇਟਫਾਰਮ ਹੈ, ਗੁਰਲਾਲ ਤੁਹਾਡੇ ਰੂਬਰੂ ਹੁੰਦਾ ਟਿਊਜ਼ਡੇ ਵੈਂਸਡੇ ਥਰਸਡੇ ਕੈਲੀਫੋਰਨੀਆ ਯਾਨੀ ਕਿ ਪੈਸੀਫਿਕ ਟਾਈਮ 9 ਵਜੇ ਸ਼ਾਮ ਨੂੰ। ਦਰਸ਼ਕੋ, ਆਪਾਂ ਗੱਲ ਕਰ ਰਹੇ ਸੀਗੇ ਕਿ ਕੀ ਇਹ ਮਹਾਂਪੰਚਾਇਤਾਂ ਕੋਈ ਫੈਸਲਾ ਕੁਨ ਹੋਣਗੀਆਂ, ਜੇ ਕੋਈ ਵਿਚਾਲੜਾ ਰਾਹ ਲੱਭਿਆ ਜਾਊਗਾ। ਬੜੇ ਬਾਜਵਾ ਸਾਹਿਬ ਅਤੇ ਪੰਨੂ ਸਾਹਿਬ ਨੇ ਬਹੁਤ ਹੀ ਵਧੀਆ ਵਿਚਾਰ ਰੱਖੇ, ਤੁਸੀਂ ਵੀ ਕਾਲ ਕਰਕੇ ਆਪਦੇ ਵਿਚਾਰ ਦੇ ਸਕਦੇ ਹੋ। ਦਰਸ਼ਕੋ, ਅੱਗੇ ਵੱਧਦੇ ਹਾਂ ਆਪਾਂ ਇਸ ਸਬਜੈਕਟ ਤੋਂ ਹਟ ਕੇ, ਆਪਾਂ ਦੂਜੇ ਪਾਸੇ ਜਾਂਦੇ ਕਿ ਟੈਕਨੋਲੋਜੀ ਬਹੁਤ ਵੱਧ ਗਈ ਹੈ, ਉਹਦੇ ਵਿੱਚ ਫਾਇਦਾ ਹੈ ਪਰ ਨਾਲ ਨੁਕਸਾਨ ਵੀ ਬਹੁਤ ਹੈ, ਔਰ ਤੁਸੀਂ ਸਾਰੇ ਕਿਤੇ ਨਾ ਕਿਤੇ ਉਸ ਚੀਜ਼ ਦੇ ਜਿਹੜੇ ਵਿਕਟਿਮ ਬਣ ਚੁੱਕੇ ਹੋਵੋਗੇ ਕਿ ਕੋਈ ਤੁਹਾਨੂੰ ਕਾਲ ਕਰਦਾ ਕਿ ਸਾਨੂੰ ਇੰਨੇ ਤੁਹਾਡੇ ਲਈ ਆਹ ਫਾਇਦੇ ਨੇ, ਤੁਸੀਂ ਕ੍ਰੈਡਿਟ ਕਾਰਡ ਨੰਬਰ ਦਿਓ। ਇਸ ਤੋਂ ਬਾਅਦ ਕਿ ਕੋਈ ਵੱਡੇ ਵੱਡੇ ਲੋਕ ਵੀ ਇਹਨਾਂ ਚੀਜ਼ਾਂ ਤੋਂ ਨਹੀਂ ਬਚ ਸਕਦੇ। ਤੁਸੀਂ ਖਬਰ ਸੁਣੀ ਹੋਣੀ ਆ, ਸਾਡੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ, ਉਹਨਾਂ ਦੀ ਧਰਮ ਪਤਨੀ ਮਹਾਰਾਣੀ ਪ੍ਰਨੀਤ ਕੌਰ ਦੇ ਅਕਾਊਂਟ 'ਚੋਂ ਵੀ ਪੈਸੇ ਕੱਢ ਲਏ ਗਏ ਸੀ ਕੁਛ ਮਹੀਨੇ ਪਹਿਲਾਂ। ਹੁਣ ਨਵੀਂ ਜਿਹੜੀ ਅੱਜ ਦੀ ਅਪਡੇਟ ਹੈ ਉਹਦੇ ਵਿੱਚ
दिल्ली के मुख्यमंत्री अरविंद केजरीवाल की बेटी हर्षिता केजरीवाल के अकाउंट चो पैसे कढ़ा ले गए। कोई उन्होंने एक कोई सोफा सेल ते लाया ऑनलाइन, सो किसी बंदे ना गल हुंदी है और बंदा उन्होंने एक क्यू आर कोड भेज दिंदा कि तुसी इनू स्कैन करो ते तुहाडे अकाउंट दे विच पैसे आ जाणगे ते मैं बाद दे विच जो है सोफा चक लूँगा। वो स्कैन करदी है हर्षिता ते उहदे अकाउंट दे विचों पैसे आउण दी जगह 20,000 रुपया निकल जांदा है। वह फिर उस बंदे ना गल करदी है, फिर वह कहिंदा नहीं जी तुहानू गलत फहमी है, तुसी दोबारा स्कैन करो। और फिर जो स्कैन कर दी तो 14,000 रुपया फिर निकल जाता, यानी कि टोटल 34,000 रुपया उहदे अकाउंट चो निकल के चले जाता। कित्थे जाता तो हाले इन्वेस्टिगेशन च है, शायद बंदा फड़िया भी जाए। पर मैं गल करदा कि दुनिया टेक्नोलॉजी जिथे अपन फायदा दिंदी उत्थे रज के नुकसान भी करती है। अपना ध्यान रखना अपना खुद का फर्ज है। दर्शकों अगे वधदे आपां, पंजाब दे विच नगर कौंसल, नगर पंचायत ते नगर निगम दीआं चोणां 14 फरवरी नूं होण वालीआं ने। जिथे आपां गल करदे किसान अंदोलन की, उत्थे ही अपनी गल करनी बनती है कि पंजाब दे विच खास करके भारतीय जनता पार्टी नूं किते जो है अपना जो है भाषण भी नहीं किया जाता, उन्हां दी मीटिंग्स भी रद्द हो रही ने। किसान अंदोलन का इन्ना रोह वध्या होया है कि ताज़ा तुसीं देखिया होना कि किदां किदां विरोध है। ताज़ा अज जिहड़ा बीतिया कल इंडिया दे विच गया, दे विच भारतीय जनता पार्टी दे जिहड़े स्टेट प्रधान ने, सूबा प्रधान ने, अश्विनी शर्मा फिरोजपुर दे विच गए। जो किसानों नूं उन्हां दे आउण दा पता लग्या, उन्हां दी मीटिंग वाली थां घेर ली गई। हालांकि पुलिस प्रशासन ने उस जगह नूं छाउणी बना दिता सीगा, फिर भी मीटिंग नहीं हुई, उन्हां नूं किसे तरह कढ़िया गया। फिर भी जिहड़े रोस चाए हुए किसानों ने उन्हां दी गड्डी नूं नुकसान करन दी भी कोशिश की। दर्शकों आपां गल हर वेले कहने हैं कि असीं एक लोकतंत्र लई लड़ रहे हैं, लोकतंत्र लोकतांत्रिक देश च रहने हैं ते लोकतंत्र अलाउ करदा कि असीं अंदोलन कर सकीए। मेरी परसनल विचार ये नहीं कि जो लोकतंत्र है तो सारे लई है, उन्होंने भी हक है आपका रैली कढ़ण दा, उन्होंने भी हक है उन्होंने आपका भाषण देना, वोट देनी नहीं देनी बाद दी गल है। हाँ, मैं तुहाडे नाल पूरा समर्थ है कि पूरा सहमत है कि इस टाइम गुस्सा जिहड़ा है वह सेंट्रल गौरमेंट जिहड़े 3 कानून रद्द नहीं हो रहे, लोग उत्थे बैठे ने ठंडियां रातों दे विच बैठे ने, आपां सहमत ने, आपां सहमत है उन्होंने सारिया गलों का। पर ख्याल ये रखना होगा कि किसी भी लैवल जे कोई बंदा अपने ना लोअर लैवल ना पेश हुंदा, जे आपां भी उहदे लैवल ते आ गए तो मेरा ख्याल नहीं आपां उहनूं कुछ कह सकांगे, क्योंकि आपां भी उत्थे की आगे खड़ गए। अगेन रोस प्रदर्शन करना आपदा है, एज लोंग एज आपां दूर रह के काले झंडे भी दिखा सकते हैं, पर किसी नूं फिजिकली हर्ट करना, किसी गड्डी नूं या अगले नूं मीटिंग्स तो रोकना मेरा ख्याल नहीं है सही, क्योंकि फिर आपां आपदा ग्राउंड जिहड़ा आपां लूज़ कर जाएंगे ये कहण दे कि सानू हक है अंदोलन करन दा, सानू लोग तंग कर रहे हैं। दर्शको एक बड़ी खबर चल रही सी सवेर दी कि वो जिहड़ा पंजाबी एक्टर है दीप सिद्धू नूं अरैसट कर लिया गया। दर्शको बहुत बहुत अड्ड अड्ड चैनलों ने अड्ड अड्ड चीज़ दिखाई कि कोई कहिंदा उहनूं करनाल दे विच्चों अरैसट किया गया, कोई कहिंदा कि चंडीगढ़ दे कोलों जीरकपुर तों उहनूं अरैसट किया गया। दर्शको मुद्दा वह नहीं है, जे उहने कोई गलती की होगी तो वह आपकी सज़ा भुगत के आजूगा, जे नहीं की होगी तो वह जिहड़ा परिवार उहदा पिछोकड़ जिहड़ा सारा दा सारा वकालत नाल जुड़िया होया, उहने नहीं गलती की तो आजूगा बाहर छेती। गल हैगी है कि अपना जिहड़ी इंटेंशन जिहड़ी डाइवर्ट हुई है कि आपां अपने अंदोलन नूं किद्दां कामयाब रखना है, आपां सिर्फ तो सिर्फ ये रखिए कि 3 कानून किद्दां रद्द हुंदे या विचला राह निकलदा ते MSP ते कानून बने ते आपां उत्ते रखिए फोकस, ना कि जिहड़ा खास करके सोशल मीडिया या इंडिया च कई मीडिया अदारे दिखाए ये तो ये हो गया वो हो गया अब एक और की वारी आप उधर ध्यान ना दईए। दर्शकों अगे मैं तुहानू गल दसदा हुंना कि मैं जदों भी इत्थों जाना हुंना पॉजिटिव नोट ते छड्ड के जाना हुंना। ACI एयरपोर्ट काउंसल ऑफ इंटरनेशनल वालों, एयरपोर्ट काउंसल ऑफ इंटरनेशनल वालों इंडिया के 2 एयरपोर्ट जो है वह वॉइस ऑफ कस्टमर की मान्यता मिली, उन्होंने अवार्ड मिला वॉइस ऑफ कस्टमर की।
ਉਹਨਾਂ ਵਿੱਚੋਂ ਸ਼੍ਰੀਮਤੀ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦਿੱਲੀ ਅਤੇ ਸ਼੍ਰੀ ਰਾਜੀਵ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਹੈਦਰਾਬਾਦ ਤੇਲੰਗਾਨਾ ਦੇ ਵਿੱਚ ਜਿਹੜਾ ਏਅਰਪੋਰਟ ਹੈ ਉਹਨਾਂ ਦੋਨਾਂ ਨੂੰ ਬਹੁਤ ਅਵਾਰਡ ਮਿਲਿਆ ਇੰਟਰਨੈਸ਼ਨਲ ਜਿਹੜੀ ਏਅਰਪੋਰਟ ਕੌਂਸਲ ਵੱਲੋਂ ਕਿਉਂਕਿ ਉੱਥੇ ਕਸਟਮਰ ਦੀ ਹਰ ਸੁੱਖ ਸਹੂਲਤ ਦਾ ਸਮਾਨ ਹੈ ਅਤੇ ਈਵਨ ਮੈਨੂੰ ਹੈਦਰਾਬਾਦ ਦਾ ਤਾਂ ਪਤਾ ਨਹੀਂ ਨਿਊ ਦਿੱਲੀ ਏਅਰਪੋਰਟ 'ਤੇ ਤਾਂ ਕਸਟਮਰ ਸਰਵਿਸ ਲਈ ਸਪੈਸ਼ਲ ਪੋਰਟਲ ਬਣਿਆ ਹੋਇਆ ਤੁਸੀਂ ਕਿਓਸਕ 'ਤੇ ਜਾ ਕੇ ਜੇ ਕੋਈ ਸਮਾਨ ਰਹਿ ਗਿਆ ਤੁਸੀਂ ਉਹਦੇ ਉੱਤੇ ਸੂਚਨਾ ਭਰ ਸਕਦੇ ਹੋ ਤਾਂ ਬਕਾਇਦਾ ਤੁਹਾਡਾ ਨਾਮ ਅਨਾਊਂਸ ਹੋ ਕੇ ਜਿੰਨੀ ਮਦਦ ਹੋ ਸਕੇ ਏਅਰਪੋਰਟ ਅਥਾਰਟੀ ਵੱਲੋਂ ਤੁਹਾਡੀ ਕੀਤੀ ਜਾਊਗੀ। ਦੂਜੀ ਦਰਸ਼ਕੋ ਮੈਂ ਗੱਲ ਕਰਦਾ ਹਾਂ ਕਿ ਰਾਜਸਥਾਨ ਦੇ ਬੀਕਾਨੇਰ ਡਿਸਟ੍ਰਿਕਟ ਦੇ ਵਿੱਚ ਮਹਾਜਨ ਫਾਇਰਿੰਗ ਫੀਲਡ ਫਾਇਰਿੰਗ ਰੇਂਜ ਹੈ ਜਿੱਥੇ ਕਿ ਆਰਮੀ ਦੀ ਜਿਹੜੀ ਆ ਪ੍ਰੈਕਟਿਸ ਚੱਲਦੀ ਰਹਿੰਦੀ ਹੈ। ਉੱਥੇ ਅਮੈਰੀਕਨ ਸੋਲਜਰਸ ਗਏ ਹੋਏ ਨੇ ਇਸ ਟਾਈਮ ਅਤੇ ਉਹ ਇੰਡੀਅਨ ਸੋਲਜਰਸ ਨੂੰ ਟ੍ਰੇਨਿੰਗ ਦੇ ਰਹੇ ਨੇ। ਇੱਕੋ ਦਮ ਬਹੁਤ ਵੱਡਾ ਕੱਟ ਹੋ ਜਾਂਦਾ ਉੱਥੇ ਤਾਂ ਲੋਕ ਦੇਖਦੇ ਆ ਕਿ ਇੱਕ ਅਮੈਰੀਕਨ ਸੋਲਜਰ ਬਹੁਤ ਹੀ ਚੰਗੀ ਤਰ੍ਹਾਂ ਹਿੰਦੀ ਬੋਲ ਕੇ ਦੂਜੇ ਸੈਨਿਕਾਂ ਨੂੰ ਜੋ ਹੈ ਇੰਡੀਆ ਦੇ ਜਿਹੜੇ ਸੈਨਿਕ ਨੇ ਉਹਨਾਂ ਨੂੰ ਟ੍ਰੇਨਿੰਗ ਦੇ ਰਿਹਾ। ਬਾਅਦ 'ਚ ਪਤਾ ਚੱਲਦਾ ਕਿ ਉਹ ਮੁੰਡਾ ਪਿੱਛੋਂ ਚੰਡੀਗੜ੍ਹ ਨਾਲ ਬਿਲੋਂਗ ਕਰਦਾ, ਨਾਮ ਉਹਦਾ ਪ੍ਰਿੰਸ ਸਿੰਘ ਹੈ। 1999 ਯਾਨੀ ਕਿ 1999 ਦਾ ਉਹ ਅਮੈਰੀਕਾ 'ਚ ਰਹਿ ਰਿਹਾ ਅਤੇ ਇੱਥੋਂ ਦੀ ਆਰਮੀ 'ਚ ਚੰਗੀ ਤਰ੍ਹਾਂ ਆਪਣਾ ਭਰਤੀ ਹੋ ਕੇ ਅਤੇ ਐਜ਼ ਏ ਟ੍ਰੇਨਰ ਇੱਥੇ ਵੀ ਟ੍ਰੇਨਿੰਗ ਦਿੰਦਾ, ਵੱਖ ਵੱਖ ਦੇਸ਼ਾਂ 'ਚ ਵੀ ਦਿੰਦਾ। ਉੱਤੋਂ ਇਸ ਟਾਈਮ ਇੰਡੀਆ ਦੇ ਵਿੱਚ ਦੇ ਰਿਹਾ ਸੀ ਅਤੇ ਲੋਕਾਂ ਨੂੰ ਬੜਾ ਚੰਗਾ ਲੱਗਾ, ਫੋਟੋਆਂ ਵੀ ਖਿਚਵਾਈਆਂ ਗਈਆਂ ਅਤੇ ਉਹਦਾ ਨਾਮ ਹੈਗਾ ਪ੍ਰਿੰਸ ਸਿੰਘ। ਦਰਸ਼ਕੋ ਅੱਗੇ ਵੱਧਦੇ ਹਾਂ ਆਪਾਂ, ਅਗੇਨ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 77 ਮਿੰਟਾਂ ਦੀ ਜਿਹੜੀ ਸਪੀਚ ਸੀ ਉਹਨਾਂ ਨੇ ਇੱਕ ਗੱਲ ਬਾਰ ਬਾਰ ਦੁਹਰਾਈ ਕਿ ਮੈਂ ਜੋ ਹੈ ਜਿਹੜੇ ਅੰਦੋਲਨ ਖਤਮ ਕਰ ਦਿਉ, ਉੱਥੇ ਬਜ਼ੁਰਗ ਬੈਠੇ ਨੇ ਉਹ ਘਰ ਨੂੰ ਚੱਲ ਜਾਣ, ਅਤੇ ਕਿਸਾਨਾਂ ਨੂੰ ਕਿਹਾ ਆਪਾਂ ਰਲ ਮਿਲ ਕੇ ਬੈਠ ਕੇ ਜੇ ਹੈ ਕੋਈ ਗੱਲ ਕਰ ਸਕਦੇ। ਮੇਰਾ ਸਿਰਫ ਕੁਸ਼ਚਨ ਇਹ ਹੈ ਕਿ 11 ਮੀਟਿੰਗਸ ਹੋ ਚੁੱਕੀਆਂ ਨੇ, 12ਵੀਂ ਪ੍ਰਧਾਨ ਮੰਤਰੀ ਆਪ ਕਿਉਂ ਨਹੀਂ ਸੱਦ ਲੈਂਦੇ, ਸੱਦ ਕੇ ਉਹਨਾਂ ਨੂੰ ਕਹੋ ਜੋ ਵੀ ਮੀਟਿੰਗ ਕਰਨੀ ਹੈ ਜੇ ਰਲ ਮਿਲ ਕੇ ਬੈਠ ਕੇ ਕਰਨਾ ਤਾਂ ਸੱਦ ਦੇ ਡੈਡ ਲਾਕ ਕਿੱਥੇ ਆ? ਤੁਸੀਂ ਆਪਦੇ ਵਿਚਾਰ ਜ਼ਰੂਰ ਕੱਲ੍ਹ ਨੂੰ ਆਪਦੇ ਸਾਂਝੇ ਕਰਿਓ ਦਰਸ਼ਕੋ। ਅਤੇ ਦਰਸ਼ਕੋ ਜਿਹੜਾ ਕਿ ਡੈਥਸ ਹੋ ਰਹੀਆਂ ਨੇ, ਬੜੀ ਗਲਤ ਫਹਿਮੀ ਫੈਲਾਈ ਜਾ ਰਹੀ ਸੀਗੀ ਕਿ ਸਾਡੀ ਜਿਹੜੀਆਂ ਜਥੇਬੰਦੀਆਂ ਨੇ ਉਹ ਪੈਰੋਕਾਰ ਪਿੱਛੇ ਜਿਹੜਾ ਹੈਲਪ ਨਹੀਂ ਕਰ ਰਹੀਆਂ। ਅੱਜ ਫਿਰ ਗੁਰਨਾਮ ਸਿੰਘ ਚੜੂਨੀ ਦਾ ਇੱਕ ਬਿਆਨ ਸਾਹਮਣੇ ਆਇਆ ਕਿ ਅਸੀਂ 1 ਲੱਖ ਰੁਪਇਆ ਹਰ ਜੋ ਸ਼ਹੀਦ ਹੋ ਰਿਹਾ ਆ ਔਰ ਹਰੇਕ ਫੈਮਿਲੀ ਨੂੰ 1 ਲੱਖ ਰੁਪਇਆ ਜਥੇਬੰਦੀਆਂ ਵੱਲੋਂ ਦਿੱਤਾ ਜਾ ਰਿਹਾ ਆ। ਅਗੇਨ ਆਪਾਂ ਦੁਆ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਕਿਸੇ ਦੀ ਜਾਨ ਇੱਦਾਂ ਨਾ ਜਾਵੇ। ਜਦੋਂ ਨੈਚੁਰਲ ਡੈਥ ਹੋਣੀ ਆ ਰੱਬ ਵੱਲੋਂ, ਉਹ ਤਾਂ ਕੋਈ ਰੋਕ ਨਹੀਂ ਸਕਦਾ, ਪਰ ਇੱਦਾਂ ਨਾ ਜਾਵੇ। ਠੰਡ ਨਾਲ ਛੇਤੀ ਤੋਂ ਛੇਤੀ ਕਿਸਾਨ ਆਪਦੇ ਘਰਾਂ 'ਚ ਜਾਣ, ਆਪਦੇ ਖੁਸ਼ੀਆਂ ਨਾਲ ਅਤੇ ਜੋ ਵੀ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ। ਦਰਸ਼ਕੋ ਜਿੱਦਾਂ ਆਪਣੇ ਦੇਸ਼ ਦੇ ਵਿੱਚ ਰੋਹ ਹੈ ਨਾ, ਉੱਦਾਂ ਹੀ ਪੜੋਸੀ ਦੇਸ਼ ਬਰਮਾ ਦੇ ਵਿੱਚ ਵੀ ਰੋਹ ਬਹੁਤ ਆ। ਲੋਕ ਸੜਕਾਂ 'ਤੇ ਉਤਰੇ ਹੋਏ ਨੇ ਕਿਉਂਕਿ ਉੱਥੇ ਫੌਜ ਨੇ ਟੇਕ ਓਵਰ ਕਰ ਲਿਆ ਸੀਗਾ ਸਾਰੀ ਐਡਮਿਨਿਸਟ੍ਰੇਸ਼ਨ ਨੂੰ ਆਪਦੇ ਅੰਡਰ ਲੈ ਕੇ। ਪ੍ਰਧਾਨ ਮੰਤਰੀ, ਰਾਸ਼ਟਰਪਤੀ ਸਾਰਿਆਂ ਨੂੰ ਉਹਨਾਂ ਨੇ ਅਰੈਸਟ ਕੀਤਾ ਹੋਇਆ ਅਤੇ ਉੱਥੇ ਜੋ ਹੈ ਫੌਜ ਦਾ ਲਾਅ ਚੱਲ ਰਿਹਾ, ਇਸ ਟਾਈਮ ਫੌਜ ਸ਼ਾਸਨ ਕਰ ਰਹੀ ਹੈ। ਅਤੇ ਲੋਕ ਸੜਕਾਂ 'ਤੇ ਉਤਰੇ ਕਿ ਉਹਨਾਂ ਨੂੰ, ਉਹਨਾਂ ਦੇ ਨੇਤਾਵਾਂ ਨੂੰ ਛੱਡਿਆ ਜਾਵੇ ਅਤੇ ਇੱਕ ਲੋਕਤਾਂਤਰਿਕ ਵੇ ਨਾਲ ਦੁਬਾਰਾ ਸਰਕਾਰ ਚੁਣੀ ਜਾਵੇ। ਅਤੇ ਇਸ ਕਰਕੇ ਇੰਡੀਅਨ ਗੌਰਮੈਂਟ ਨੇ ਪਹਿਲਾਂ ਵੀ ਕੀਤੀ ਸੀ ਅਤੇ ਹੁਣ ਫਿਰ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਜੇ ਤੁਹਾਨੂੰ ਜ਼ਰੂਰੀ ਨਹੀਂ ਤਾਂ ਬਰਮਾ ਦਾ ਟ੍ਰਿਪ ਟਾਲ ਦਿੱਤਾ ਜਾਵੇ। ਅਗਰ ਜੇ ਤੁਸੀਂ ਬਰਮਾ ਦੇ ਵਿੱਚ ਹੀ ਹੋ ਤਾਂ ਕਿਸੇ ਸੇਫ ਜਗ੍ਹਾ 'ਤੇ ਬਹਿ ਕੇ ਆਪਦੇ ਆਪ ਨੂੰ ਸੇਫ ਰੱਖਿਆ ਜਾਵੇ। ਦਰਸ਼ਕੋ, ਇਹ ਸੀ ਅੱਜ ਦਾ ਪ੍ਰੋਗਰਾਮ, ਤੁਹਾਨੂੰ ਕਿੱਦਾਂ ਦਾ ਲੱਗਿਆ ਆਪਣੀ ਟਿੱਪਣੀਆਂ ਜ਼ਰੂਰ ਦਿੰਦੇ ਜਾਓ, ਆਪਣਾ ਪੂਰਾ ਖਿਆਲ ਰੱਖਿਓ। ਆਪਾਂ ਕੱਲ੍ਹ ਫਿਰ ਕਿਸੇ ਪੱਖ ਦੇ ਮੁੱਦੇ ਤੋਂ ਲੈ ਕੇ ਮਿਲਦੇ ਹਾਂ। ਤੁਹਾਡੇ ਗੁਲਾਲ ਨੂੰ ਇਜਾਜ਼ਤ ਦਿਓ, ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ, ਸ਼ਬਾ ਖੈਰ।